ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਦਾ ਜੀ ਆਇਆਂ ਨੂੰ ਨਿੱਘਾ ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਮੁੱਦੇ ਦੇ ਵਿੱਚ। ਅਤੇ ਰੋਜ਼ਾਨਾ ਅਸੀਂ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਹਾਂ ਜੋ ਕਿ ਭਗਦੇ ਮਸਲੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣੇ ਹੋਏ ਹਨ। ਜਦ ਭਗਦੇ ਮਸਲਿਆਂ ਦੀ ਗੱਲ ਹੁੰਦੀ ਹੈ ਤਾਂ ਮਸਲਾ ਭਾਵੇਂ ਧਾਰਮਿਕ ਹੋਵੇ, ਸਮਾਜਿਕ ਹੋਵੇ ਜਾਂ ਫਿਰ ਮਸਲਾ ਸਿਆਸੀ ਹੋਵੇ, ਤਾਂ ਕੋਸ਼ਿਸ਼ ਹੁੰਦੀ ਹੈ ਕਿ ਇਸ ਮੰਚ ਦੇ ਉੱਤੇ ਅਸੀਂ ਉਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਆਈਏ। ਔਰ ਅੱਜ ਵੀ ਅਸੀਂ ਇੱਕ ਅਜਿਹੇ ਮਸਲੇ ਦੀ ਗੱਲ ਕਰਾਂਗੇ ਜੋ ਕਿ ਬੇਹੱਦ ਜ਼ਰੂਰੀ ਹੈਗਾ, ਕਿਉਂਕਿ ਜਦ ਅਸੀਂ ਉਹਨਾਂ ਸਮਾਜਿਕ ਗੱਲਾਂ ਦੀ ਗੱਲ ਕਰਦੇ ਹਾਂ, ਧਾਰਮਿਕ ਗੱਲਾਂ ਦੀ ਗੱਲ ਕਰਦੇ ਹਾਂ ਜਾਂ ਫਿਰ ਸਿਆਸੀ ਗੱਲਾਂ ਦੀ ਗੱਲ ਕਰਦੇ ਹਾਂ, ਤਾਂ ਫਿਰ ਉਹ ਵਿਸ਼ਾ ਵੀ ਸਾਡੇ ਨਾਲ ਜੁੜਿਆ ਹੋਇਆ। 200 ਸਾਲ ਜਦ ਗੋਰਿਆਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਤਾਂ ਲੱਗਦਾ ਸੀਗਾ ਕਿ ਹੁਣ ਗੋਰੇ ਭਾਰਤ ਨੂੰ ਛੱਡ ਕੇ ਨਹੀਂ ਜਾਣਗੇ, ਲੇਕਿਨ ਸਾਡੇ ਕੌਮ ਦੇ ਵਿੱਚ ਕਈ ਅਜਿਹੇ ਸ਼ੂਰਵੀਰ, ਕਈ ਅਜਿਹੇ ਯੋਧੇ ਪੈਦਾ ਹੋਏ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਪਣਾ ਸਭ ਕੁਝ ਨਿਛਾਵਰ ਕਰਤਾ। ਊਧਮ ਸਿੰਘ ਵਰਗੇ, ਭਗਤ ਸਿੰਘ ਵਰਗੇ, ਜਿਨ੍ਹਾਂ ਨੇ ਆਜ਼ਾਦੀ ਦੇ ਲਈ, ਭਾਰਤ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ ਆਪਣੇ ਆਪ ਨੂੰ ਸ਼ਹੀਦ ਕਰਵਾਇਆ। ਅੰਗਰੇਜ਼ੀ ਹਕੂਮਤ ਦੇ ਸਾਹਮਣੇ ਡਟ ਕੇ ਖੜੇ ਹੋਏ ਔਰ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਆਪਣੀ ਅਹਿਮ ਭੂਮਿਕਾ ਨਿਭਾਈ। ਤਾਂ 1947 ਦੇ ਵਿੱਚ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ। ਆਜ਼ਾਦ ਕਿਸ ਤੋਂ ਹੋਣਾ ਸੀਗਾ? ਆਜ਼ਾਦ ਹੋਣਾ ਸੀਗਾ ਧਰਮ ਤੋਂ, ਆਜ਼ਾਦ ਹੋਣਾ ਸੀਗਾ ਫਰੀਡਮ ਆਫ ਐਕਸਪ੍ਰੈਸ਼ਨ ਤੋਂ, ਪ੍ਰਗਟਾਵੇ ਤੋਂ, ਫਰੀਡਮ ਆਫ ਸਪੀਚ ਤੋਂ, ਕਿ ਤੁਹਾਨੂੰ ਆਜ਼ਾਦੀ ਹੋਏ। ਅੱਜ ਲਗਭਗ 70 ਸਾਲ ਹੋ ਚੁੱਕੇ ਹਨ, ਅਸੀਂ ਕਹਿੰਦੇ ਹਾਂ ਕਿ ਭਾਰਤ ਆਜ਼ਾਦ ਹੈ ਔਰ ਇੰਡੀਪੈਂਡੈਂਸ ਡੇ ਅਸੀਂ ਭਾਰਤ ਦੇ ਵਿੱਚ 15 ਅਗਸਤ ਨੂੰ ਮਨਾਉਂਦੇ ਹਾਂ ਔਰ ਬੜੇ ਜ਼ੋਰਾਂ ਸ਼ੋਰਾਂ ਨਾਲ ਵਿਸ਼ਵ ਭਰ ਦੇ ਵਿੱਚ 15 ਅਗਸਤ ਨੂੰ ਮਨਾਇਆ ਜਾਂਦਾ। 26 ਜਨਵਰੀ 1950 ਦੇ ਵਿੱਚ ਕੌਨਸਟੀਟਿਊਸ਼ਨ ਆਫ ਇੰਡੀਆ ਬਣਿਆ, ਯਾਨੀ ਕਿ ਭਾਰਤ ਦਾ ਸੰਵਿਧਾਨ ਬਣਿਆ ਔਰ B.R. ਅੰਬੇਡਕਰ ਨੇ ਉਸ ਸੰਵਿਧਾਨ ਨੂੰ ਇੱਧਰ ਤੋਂ ਉੱਧਰ ਤੋਂ ਲੈ ਕੇ ਲਿਖ ਦਿੱਤਾ। ਲੇਕਿਨ ਜਦ 1947 ਦੇ ਵਿੱਚ ਟੁਕੜੇ ਹੋਏ ਜਦ ਭਾਰਤ ਦੇ, ਤਾਂ ਇੱਕ ਪਾਸਾ ਪੰਜਾਬ ਦਾ ਜਿਹੜਾ ਉਹ ਚਲਾ ਗਿਆ ਪਾਕਿਸਤਾਨ ਵੱਲ ਔਰ ਜਿਹੜਾ ਪੰਜਾਬ ਹੁਣ ਭਾਰਤ ਦੇ ਵੱਲ ਹੈ ਉਹ ਇਸ ਹਿੱਸੇ ਆ ਗਿਆ। ਮੁਹੰਮਦ ਜਿੰਨਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ, ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਯਾਨੀ ਕਿ ਹੁਣ ਦੇਸ਼ ਦਾ ਪ੍ਰਧਾਨ ਮੰਤਰੀ, ਤਾਂ ਦੋਵੇਂ ਮੁਲਕ ਆਪਸ ਦੇ ਵਿੱਚ ਵੱਟ ਗਏ, ਖੂਨ ਖਰਾਬਾ ਹੋਇਆ, ਤਸ਼ੱਦਦਾਂ ਹੋਈਆਂ ਉਸ ਟਾਈਮ ਵੀ, ਲੇਕਿਨ ਇਹ ਸੀਗਾ ਕਿ ਹੁਣ ਜਿਹੜੇ ਵਸਨੀਕ ਭਾਰਤ ਦੇ ਵੱਲ ਰਹਿੰਦੇ ਹਨ, ਯਾਨੀ ਕਿ ਭਾਰਤ ਦੇ ਅੰਦਰ ਰਹਿੰਦੇ ਹਨ, ਹੁਣ ਉਹ ਭਾਰਤ ਦੀ ਆਬੋ ਹਵਾ ਦੇ ਵਿੱਚ ਖੁੱਲ੍ਹ ਕਰ ਸਾਂਸ ਲੈਣਗੇ। ਬਰੀਤ ਐਵੇਂ ਆਏਗੀ ਕਿ ਹੁਣ ਸਾਨੂੰ ਫੀਲਿੰਗ ਹੈਗੀ ਆਜ਼ਾਦੀ ਦੀ। ਲੇਕਿਨ ਕਈ ਸਾਲਾਂ ਤੋਂ ਜਦ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਔਰ ਸੁਣਦੇ ਹਾਂ ਕਿ ਇੰਡੀਪੈਂਡੈਂਸ ਡੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਬੜੇ ਹਰਸ਼ੋਲਾਸ ਨਾਲ, ਵੱਖ ਵੱਖ ਅਦਾਇਰੇ, ਵੱਖ ਵੱਖ ਪੈਰੋਕਾਰ, ਵੱਖ ਵੱਖ ਸੰਸਥਾਵਾਂ ਭਾਰਤ ਦੇ ਵਿੱਚ ਹੋਂਦ ਦੇ ਵਿੱਚ ਆਈਆਂ, ਜਿਨ੍ਹਾਂ ਨੇ ਭਾਰਤ ਨੂੰ ਅੱਗੇ ਲਿਜਾਉਣ ਲਈ ਕੰਮ ਕੀਤਾ। ਪ੍ਰਧਾਨ ਸੇਵਕ ਬਦਲੇ, ਦੌਰ ਯਾਦ ਆ ਜਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ, ਤਾਂ ਸਭ ਤੋਂ ਜ਼ਿਆਦਾ ਅਗਰ ਧੱਕਾ ਵੇਖਣ ਨੂੰ ਮਿਲਿਆ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨਾਲ ਵੇਖਣ ਨੂੰ ਮਿਲਿਆ, ਉਹ ਅਸੀਂ ਸਾਰੇ ਜਾਣਦੇ ਹਾਂ। ਮੈਨੂੰ ਉਸ ਗੱਲ ਨੂੰ ਵਾਪਸ ਰਿਪੀਟ ਨਹੀਂ ਕਰਨਾ, ਮੈਂ ਨਹੀਂ ਚਾਹੁੰਦਾ ਕਿ ਸਾਡੇ ਜਿਹੜੇ ਹੰਝੂ ਹਨ
ਔਰ ਸਾਡੇ ਜਿਹੜੇ ਦਰਦ ਹਨ ਉਹਨਾਂ ਦੇ ਉੱਤੇ ਮੈਂ ਮੁੜ ਤੋਂ ਤੁਹਾਨੂੰ ਲੈ ਕੇ ਜਾਵਾਂ। ਨਹੀਂ, ਮੈਂ ਨਹੀਂ ਚਾਹੁੰਦਾ ਹੈ। ਮੈਂ ਸਿਰਫ ਅੱਜ ਪ੍ਰਧਾਨ ਮੰਤਰੀ ਦੀ ਗੱਲ ਕਰ ਰਿਹਾ ਕਿ ਪ੍ਰਧਾਨ ਮੰਤਰੀ ਕੌਣ ਹੋਣਾ ਚਾਹੀਦਾ ਹੈ ਔਰ ਪ੍ਰਧਾਨ ਮੰਤਰੀ ਦੀ ਰਿਸਪੋਂਸੀਬਿਲਟੀ ਕੀ ਹੋਣੀ ਚਾਹੀਦੀ ਹੈ। 70 ਸਾਲ ਤਾਂ ਆਜ਼ਾਦ ਹੋਏ ਹੋਏ ਭਾਰਤ ਨੂੰ ਹੋ ਚੁੱਕਿਆ ਹੈ, ਲੇਕਿਨ ਭਾਰਤ ਨੇ ਅਜੇ ਤੱਕ ਡਿਵਲਪਮੈਂਟ ਕੀ ਕੀਤੀ ਹੈ, ਕਿੱਥੇ ਭਾਰਤ ਸਟੈਂਡ ਕਰਦਾ ਔਰ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ ਕੀ ਕੀਤਾ। ਇਹ ਜ਼ਿੰਮੇਵਾਰੀ ਬਣਦੀ ਹੈ ਨਾ ਸਾਡੀ ਕਿ ਤੁਸੀਂ ਵਿਸ਼ਵ ਦੇ ਵਿੱਚ ਕਿੱਥੇ ਖੜ੍ਹੇ ਹੋ ਔਰ NRI ਭਰਾ ਜਿਹੜੇ ਨੇ ਉਹ ਭਾਰਤ ਦੇ ਵਿੱਚ ਇਨਵੈਸਟਮੈਂਟ ਕਿਉਂ ਕਰਨ, ਕਿਉਂਕਿ 2019 ਦਾ ਵਿਗਲ ਜਿਹੜਾ ਉਹ ਵੱਜਣ ਵਾਲਾ, ਬਸ 2 ਦਿਨਾਂ ਦੀ ਔਰ ਜਾਂ 3 ਦਿਨਾਂ ਦੀ ਹੋਰ ਵੇਟ ਹੈ। ਲੋਕ ਸਭਾ ਚੋਣਾਂ ਜਲਦ ਐਲਾਨ ਹੋ ਸਕਦੀਆਂ ਹਨ, ਲੇਕਿਨ ਪ੍ਰਧਾਨ ਮੰਤਰੀ ਦੀ ਰਿਸਪੋਂਸੀਬਿਲਟੀ ਕੀ ਹੈ, ਕਿਉਂਕਿ ਹੁਣ ਫਿਰ ਤੋਂ ਸਾਨੂੰ ਉਹ ਵਾਅਦਿਆਂ ਦੀ ਲਿਸਟ, ਉਹ ਲੋਭ ਲੁਭਾਉਣੇ ਵਾਅਦੇ ਵੋਟਰਾਂ ਨੂੰ ਖੁਸ਼ ਕਰਨ ਦੇ ਲਈ ਸਾਹਮਣੇ ਆਉਣਗੇ। ਔਰ ਜੇਕਰ ਮੈਂ ਪੰਜਾਬ ਦੇ ਵੱਲ ਚਲਾ ਜਾਵਾਂ ਤਾਂ ਹੁਣ ਸਾਰੇ ਕੰਮ ਕਾਜ ਛੱਡ ਕੇ ਪੰਜਾਬ ਦੇ ਸਿਆਸਤਦਾਨ ਲੋਕ ਸਭਾ ਚੋਣਾਂ ਦੇ ਵੱਲ ਤੁਰ ਪੈਣਗੇ। ਚਲੋ, ਡੈਮੋਕ੍ਰੈਟਿਕ ਦਾ ਇੱਕ ਵੋਟਿੰਗ ਵੀ ਇੱਕ ਹਿੱਸਾ ਹੈ, ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਲੇਕਿਨ ਚੋਣਾਂ ਦੇ ਵਿੱਚ, ਇਸ ਵਾਰ ਦੀ ਚੋਣਾਂ ਦੇ ਵਿੱਚ ਕੌਣ ਪ੍ਰਧਾਨ ਮੰਤਰੀ ਬਣੇਗਾ, ਵੱਡਾ ਸਵਾਲ ਬਣਿਆ ਹੋਇਆ। ਤੁਹਾਡੇ ਮਨ ਮੰਦਰਾਂ ਦੇ ਵਿੱਚ ਇਹ ਸਵਾਲ ਬਿਲਕੁਲ ਚੱਲ ਰਿਹਾ ਹੋਣਾ ਕਿ ਪ੍ਰਧਾਨ ਮੰਤਰੀ 2019 ਦਾ ਕੌਣ ਹੋਣ ਵਾਲਾ। ਪੰਜਾਬ ਦੇ ਵਿੱਚ ਰੈਲੀਆਂ ਸਟਾਰਟ ਹੋ ਚੁੱਕੀਆਂ ਹਨ। ਹਾਲ ਫਿਲਹਾਲ ਦੇ ਵਿੱਚ ਮੋਗੇ ਦੇ ਵਿੱਚ ਰੈਲੀ ਹੋਈ ਹੈ ਜਿੱਥੇ ਰਾਹੁਲ ਗਾਂਧੀ ਨੇ ਸ਼ਮੂਲੀਅਤ ਕੀਤੀ ਹੈ ਔਰ ਰਾਹੁਲ ਗਾਂਧੀ ਕਾਂਗਰਸ ਦੀ ਤਰਫੋਂ ਪ੍ਰਧਾਨ ਮੰਤਰੀ ਉਹਨਾਂ ਨੂੰ ਥਾਪਿਆ ਗਿਆ ਕਿ ਉਹ ਪ੍ਰਧਾਨ ਮੰਤਰੀ ਦੀ ਰੇਸ ਦੇ ਵਿੱਚ ਕਾਂਗਰਸ ਪਾਰਟੀ ਦੀ ਤਰਫੋਂ ਸਾਹਮਣੇ ਹੋਣਗੇ। ਅਤੇ ਉੱਧਰ ਦੂਜੇ ਪਾਸੇ ਨਰਿੰਦਰ ਮੋਦੀ, ਕਾਂਗਰਸ ਹਰ ਪਾਰਟੀ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੀ ਹੈ ਔਰ ਉਹ ਚਾਹੁੰਦੀ ਹੈ ਕਿ ਦੇਸ਼ ਦੇ ਵਿੱਚ BJP ਦੀ ਸਰਕਾਰ ਨਾ ਬਣੇ। ਔਰ ਜਦ ਵਿਰੋਧੀ ਧਿਰਾਂ ਨੂੰ ਆਪਾਂ ਸੁਣਦੇ ਹਾਂ ਬੋਲਦੇ ਹੋਏ ਤਾਂ ਉਹ ਕਹਿੰਦੇ ਕਿ ਹਿੰਦੂ ਰਾਸ਼ਟਰ ਦਾ ਏਜੰਡਾ ਇਹਨਾਂ ਦਾ ਅੱਗੇ ਵਧਿਆ ਹੈ, ਜੋ ਰੋਜ਼ਗਾਰ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਮੁਹੱਈਆ ਕਰਾਵਾਂਗੇ ਉਹ ਰੋਜ਼ਗਾਰ ਮੁਹੱਈਆ ਨਹੀਂ ਹੋਇਆ। 15 ਲੱਖ ਰੁਪਏ ਹਰ ਕਿਸੇ ਇੱਕ ਜੁਮਲਾ ਜਿਹੜਾ ਅਮਿਤ ਸ਼ਾਹ ਕਹਿ ਗਏ ਸੀਗੇ ਆਪਣੇ ਇੰਟਰਵਿਊ ਦੇ ਵਿੱਚ ਕਿ 15 ਲੱਖ ਦੀ ਗੱਲ ਤਾਂ ਜੁਮਲਾ ਸੀਗੀ, ਕਹਿੰਦੇ 15 ਲੱਖ ਵੀ ਆਉਣਾ ਸੀਗਾ, ਹਜੇ ਤੱਕ ਅਸੀਂ ਅਕਾਊਂਟ ਦੇਖ ਰਹੇ ਉਹ ਵੀ ਨਹੀਂ ਪਹੁੰਚਿਆ। ਚਲੋ, ਲੇਕਿਨ ਜੇਕਰ 2019 ਦੀਆਂ ਚੋਣਾਂ ਹੁੰਦੀਆਂ ਹਨ ਪੰਜਾਬ ਨੂੰ ਕੀ ਫਾਇਦਾ ਹੋਏਗਾ, ਜੇਕਰ ਮੁੜ ਤੋਂ ਨਰਿੰਦਰ ਮੋਦੀ, ਜੋ ਕਿ ਮੀਡੀਆ ਰਿਪੋਰਟ ਦੱਸਦੀਆਂ ਹਨ ਕਿ ਉਹ ਰੇਸ ਦੇ ਵਿੱਚ ਅੱਗੇ ਚੱਲ ਰਹੇ ਹਨ, ਤਾਂ ਪੰਜਾਬ ਨੂੰ ਕੀ ਮਿਲੇਗਾ। ਔਰ 2014 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਕੀ ਖੱਟ ਲਿਆ, ਕੇਂਦਰ ਦੇ ਵਿੱਚ BJP ਦੀ ਸਰਕਾਰ, ਸੂਬੇ ਦੇ ਵਿੱਚ ਕਾਂਗਰਸ ਦੀ, ਲੇਕਿਨ ਜਦ 2014 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਸੀਗੀ ਔਰ ਭਾਈਵਾਲ ਸੀਗੀ, ਤਾਂ ਇਹਨਾਂ ਨੇ ਕੀ ਖੱਟ ਲਿਆ ਸੀ 2014, 15, 16, 3.5 ਸਾਲ ਘੱਟ ਨਹੀਂ ਹੁੰਦੇ। ਮੋਗੇ ਦੇ ਵਿੱਚ ਰਾਹੁਲ ਗਾਂਧੀ ਨੇ ਕੱਲ੍ਹ ਰੈਲੀ ਕੀਤੀ, ਪੰਜਾਬ ਦੇ ਲਈ ਕੀ ਲੈ ਕੇ ਆਏ ਸੀ ਇੱਕ ਵਾਰੀ ਆਪਾਂ ਸੁਣ ਲੈਂਦੇ ਹਾਂ। ਪ੍ਰਧਾਨ ਮੰਤਰੀ ਜੀ ਹਿੰਦੁਸਤਾਨ ਮੇਂ ਨਫ਼ਰਤ ਫੈਲਾ ਰਹੇ ਹੈ, ਉਸਕੇ ਖਿਲਾਫ ਗੁਰੂ ਨਾਨਕ ਜੀ ਨੇ ਆਪਣੀ ਪੂਰੀ ਜ਼ਿੰਦਗੀ ਦੀ, ਉਨਕੀ ਸੋਚ ਸੀ ਕਿ ਹਿੰਦੁਸਤਾਨ ਮੇਂ ਪਿਆਰ ਭਾਈਚਾਰਾ ਹੋ,
और सब लोग मिलकर एक साथ प्यार से रहें, तो एक प्रकार से उनकी सोच पर आक्रमण हो रहा है। गुरु एक तरफ गुरु नानक जी की विचारधारा, प्यार और भाईचारे की विचारधारा, सबको एक साथ ले जाने की विचारधारा, और दूसरी तरफ आरएसएस की विचारधारा, एक धर्म को दूसरे धर्म से लड़ाने की विचारधारा, नफरत फैलाने की विचारधारा। जीत गुरु नानक जी की होगी, बोले सो निहाल, जीत गुरु नानक जी की विचारधारा की होगी। गुरु नानक जी की 550 साल हो गए हैं जन्म के। हमारी सरकार आएगी तो धूमधाम से हम इसको पूरे देश में सेलिब्रेट करें। राहुल गांधी 550वां प्रकाश पुरब मनाउणगे जेकर उन्हां दी सरकार आउंदी है। खैर उते भारत दी जनता तय करेगी, भारत दे वोटर तय करनगे। आरएसएस नूं कोसदे होए नज़र आए और कई मुद्दे उन्होंने कल दी रैली दे विच रखे, लेकिन प्रधानमंत्री दा मुद्दा की है करांगे इस उत्ते विचार वटांदरा। यही है अज दा मुद्दा, मिलदे हां ब्रेक तों बाद। दोस्तों मुड़ हाजिर तुहाडी खिदमत दे विच अज दा मुद्दा लैके। 2019 दीआं लोकसभा चोणां दा बिगुल जिहड़ा उह वजण वाला, 2-3 दिन दे विच जिहड़ा ऐलान है रस्मी हो सकदा है इलैक्शन कमीशन दी तरफों, और वेख्या है जा सकदा कि हुण 2019 दे विच जिहड़ी वख-वख पार्टियां हन उह की-की फैसले और की-की इलैक्शन मैनीफेस्टो तैयार करदी है पब्लिक लई। प्रधानमंत्री मोदी ने अपने 5 साल दे कार्यकाल दे विच, मैं अज तुहाडे तों जानना चाहना उन्होंने की कुछ किया। असी कोशिश कर रहे थे कि नैशनल सैकटरी और स्पोक्समैन जोड़े बीजेपी ने भारत तो उन्होंने जोड़न की, लेकिन फोन उन्होंने नहीं छकया। उन्होंने असी बकायदा कहा कि अज असी उन्होंने एज एन पैनलिस्ट लवेंगे अपने फोन अज इस प्रोग्राम के, लेकिन हाल फिलहाल उन्होंने फोन नहीं चकया। अगर चकते हैं वापस उन्होंने राबता कायम होंदा तो असं जरूर लैके आवेंगे, लेकिन मैं तुहानू हुण सद्दा देना चाहना कि तुसी मैनू कॉल कर सकते हो हेठ लिखे नंबर के उत्ते और अपने विचार मेरे नाल सांझे कर सकते हो। की लगता तुहानू कि 5 साल के प्रधानमंत्री मोदी ने की किया, और उन्होंने कहा कि फोरन डायरेक्ट इन्वेस्टमेंट जी है साढ़े NRI पर आ करन, कि तुहानू लगता कि तुसी रेडी हैगे हो भारत दे विच इन्वेस्टमेंट करन दे लई और खास तौर पर पंजाब दे विच इन्वेस्टमेंट करन दे लई। जेकर मैं हुण कैप्टन अमरिंदर सिंह दी गल कर लां तो उन्होंने की किया अपने कार्यकाल दे विच, क्योंकि हुण 2019 दी लोकसभा चोणां दा जिहड़ा ऐलान तां चलो खैर हो गया, लेकिन पंजाब नूं की फायदा मिलिया? पंजाब नूं वख-वख प्रधानमंत्री मिले और वख-वख भारत दे विच वख-वख पार्टियां दे नुमाइंदे चुण के आए, लेकिन पंजाब नूं किन्ने फायदा पहुँचाया? कोई अजिहा प्रधानमंत्री सीगा जिन्हें हाँ वाकई जमीनी पद्धर ते पंजाब दे भलाई दे लई किसी ने सोचा या कोई वचनबंध होया? ठीक है, एक गल असी मन लैने कि श्रोमणी अकाली दल हिमायत करती है सिखां दी, वो कहिंदे कि असी सिखां दे हर मसलियां नूं चकदे हां भाईवाला केंद्र दे विच, तां उह की वड्डी सौगात जिहड़ी है वह लैके आई है। हुण हाल फिलहाल दे विच इंडिया और पाकिस्तान की जिहड़ी कोल्ड वॉर असी वेखी है, जिहड़ी जुबानी जंग उन्हां दी चल रही है, उहदे विच की आपसी तालमेल होएगा आने वाले समय दे विच? जिहड़ा भी प्रधानमंत्री हुण चुन के सामने आएगा 2019 दे विच, उह पाकिस्तान दे नाल रिलेशनशिप किवें रखेगा? क्योंकि करतारपुर लांघा इस साल दे लई अहम विशा हैगा और अहम आस्था दा विशा बनिया होया है सिख धर्म के लिए, और 550 प्रकाश पुरब नूं लैके की तैयारियां की गई, और क्योंकि साल है वह वाला जिथे 550 प्रकाश पुरब भी गुरु नानक देव जी का आ रहा है, तो जिहड़ा भी प्रधानमंत्री बनेगा, कि राहुल गांधी कहिंदे नज़र आए कि असी वड्डे पद्धर से समागम करांगे, कि तुहानूं लगदा कि राहुल गांधी दे विच कैपेबिलिटी है देश का प्रधानमंत्री बनने की? अगर राहुल गांधी देश का प्रधानमंत्री बनते हैं कांग्रेस की सरकार आती है तो की फायदा तुहानूं लगदा भारत नूं होएगा? जेकर मैं डॉक्टर मनमोहन सिंह की गल कर लवां, उन्होंने भी अपने 2 टर्म निभाई, उन्होंने दी टर्म दे विच तुहानू की लगता कि उन्होंने टर्म किवें सीगी, कि वो वाकई ही देश दे लई एक अजिहे प्राइम मिनिस्टर सीगे जिन्हां ने देश नू माड़े इकोनमिक हालातों तो बाहर कढ़िया और GDP बारे सोचा? क्योंकि जब डॉक्टर मनमोहन सिंह नू ए पता चलिया कि हुण देश दा प्रधानमंत्री नरेंद्र मोदी बनन जा रहा है, तो उन्होंने कहा कि जिहड़ी GDP हैगी है
ਉਹ ਬਿਲਕੁਲ ਥੱਲੇ ਗਿਰੇਗੀ। ਔਰ ਜਦ 2015 ਦੇ ਵਿੱਚ GDP ਜਾਂ ਗਰੋਸ ਡੋਮੈਸਟਿਕ ਪ੍ਰੋਡਕਟ ਜਿਹਨੂੰ ਅਸੀਂ ਕਹਿੰਦੇ ਹਾਂ, ਜਦ ਉਹ ਵੇਖਿਆ ਗਿਆ ਤਾਂ ਵਾਕਈ ਹੀ GDP 1.5% ਘਟਦੀ ਹੋਈ ਨਜ਼ਰ ਆਈ ਸੀਗੀ। ਔਰ ਇਹ ਵਿਸ਼ਾ ਮਨਾਇਆ ਗਿਆ ਸੀਗਾ ਕਾਂਗਰਸ ਪਾਰਟੀ ਦੀ ਤਰਫੋਂ, ਉਹਨਾਂ ਨੇ ਇਹ ਆਪਣਾ ਇੱਕ ਪੋਲੀਟੀਕਲ ਮੁੱਦਾ ਵੀ ਬਣਾ ਲਿਆ ਕਿ GDP ਜਿਹੜੀ ਹੈ ਉਹ ਨਹੀਂ ਹੋਈ। ਮੇਕ ਇਨ ਇੰਡੀਆ ਦਾ ਪ੍ਰੋਜੈਕਟ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂ ਕੀਤਾ ਕਿ ਜੋ ਵੀ ਹੁਣ ਕੁਝ ਬਣੇਗਾ ਉਹ ਦੇਸ਼ ਦੇ ਵਿੱਚ ਬਣੇਗਾ, ਲੇਕਿਨ ਉਸ ਦੇਸ਼ ਦੇ ਵਿੱਚ ਅਗਰ ਜੇਕਰ ਬਣੀ ਹੈ ਕੁਛ ਵੀ ਮੇਕ ਇਨ ਇੰਡੀਆ ਅਗਰ ਹੋਇਆ ਤਾਂ ਕਿੰਨੀ ਗਰੋਥ ਹੋਈ ਹੈ, ਕਿੰਨੀ ਇਕਨੋਮਿਕ ਡਿਵਲਪਮੈਂਟ ਹੋਈ ਹੈ, ਇਹ ਵੀ ਇੱਕ ਗੰਭੀਰ ਵਿਸ਼ਾ ਬਣਿਆ ਹੋਇਆ। ਉਸ ਤੋਂ ਬਾਅਦ ਡਿਜੀਟਲ ਇੰਡੀਆ ਦੀ ਵੀ ਗੱਲ ਕੀਤੀ ਗਈ ਸੀ ਕਿ ਅਸੀਂ ਇੰਡੀਆ ਨੂੰ ਜਿਹੜਾ ਹੈਗਾ ਉਹ ਬਿਲਕੁਲ ਡਿਜੀਟਲ ਬਣਾ ਦੇਵਾਂਗੇ, ਔਰ ਟੈਕਨੋਲੋਜੀ ਦੇ ਹਿਸਾਬ ਨਾਲ ਜਿੱਥੇ ਵੀ ਡਿਜੀਟਲ ਦੀ ਗੱਲ ਆਏਗੀ ਉੱਥੇ ਭਾਰਤ ਸਭ ਤੋਂ ਅੱਗੇ ਹੋਏਗਾ। ਹੁਣ ਫੋਰਨ ਪਾਲਿਸੀਜ਼ ਨੂੰ ਲੈ ਕੇ ਅਸੀਂ ਗੱਲ ਕਰ ਲਈਏ ਤਾਂ ਵੱਖ ਵੱਖ ਮੁਲਕਾਂ ਦੇ ਵਿੱਚ ਪ੍ਰਧਾਨ ਮੰਤਰੀ ਹੋ ਕੇ ਆਏ ਨੇ ਅਤੇ ਉੱਥੋਂ ਦੀ ਕੀ ਆਇਆ, ਇਹ ਵੀ ਇੱਕ ਵੱਡਾ ਵਿਸ਼ਾ ਬਣਿਆ ਹੋਇਆ। ਕਾਂਗਰਸ ਪਾਰਟੀ ਘਿਰਦੀ ਹੋਈ BJP ਨੂੰ ਨਜ਼ਰ ਆਈ, BJP ਨੂੰ ਇਹ ਕਹਿੰਦੀ ਹੋਈ ਨਜ਼ਰ ਆਈ ਕਿ ਇਹਨਾਂ ਦੀ ਜਿਹੜੀ RSS ਵਿੰਗ ਹੈਗਾ ਉਹ ਦੇਸ਼ ਨੂੰ ਗੁੰਮਰਾਹ ਕਰ ਰਿਹਾ ਧਰਮ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਰਾਜਨੀਤੀ ਲਈ ਇਹ ਵੱਖ ਵੱਖ ਜਿਹੜੇ ਆ ਸਿਆਸੀ ਜਾਂ ਫਿਰ ਧਾਰਮਿਕ ਆਗੂ ਹਨ ਉਹਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਮ ਮੰਦਿਰ ਦਾ ਜਿਹੜਾ ਮਸਲਾ ਹੈ ਉਹ ਸਭ ਤੋਂ ਜ਼ਿਆਦਾ ਭਖਿਆ, ਉਹ ਬਾਬਰੀ ਮਸਜਿਦ ਨੂੰ ਜਦ ਢਾਇਆ ਗਿਆ ਸੀਗਾ 2002 ਦੇ ਵਿੱਚ ਤਾਂ ਰਾਮ ਮੰਦਿਰ ਦੀ ਜਿਹੜੀ ਕਵਾਇਦ ਸੀਗੀ ਉਹ ਸ਼ੁਰੂ ਹੋ ਗਈ। ਹੁਣ ਜਦ 2014 ਤੋਂ ਪ੍ਰਧਾਨ ਮੰਤਰੀ ਮੋਦੀ ਹੋਣ ਦੇ ਵਿੱਚ ਆਏ ਤਾਂ ਰਾਮ ਮੰਦਿਰ ਦਾ ਮਸਲਾ ਵੀ ਨਿਕਲ ਕੇ ਸਾਹਮਣੇ ਆਇਆ ਅਤੇ ਕਈਆਂ ਨੇ ਤਾਂ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਵਿਰੋਧੀ ਧਿਰਾਂ ਨੇ ਕਿ ਜੇਕਰ ਰਾਮ ਮੰਦਿਰ ਦੇ ਨਾਲ ਦੇਸ਼ ਪ੍ਰੋਗਰੈਸ ਹੁੰਦਾ, ਦੇਸ਼ ਨੂੰ ਨੌਕਰੀਆਂ ਮਿਲਦੀਆਂ ਹਨ, ਜੇਕਰ ਦੇਸ਼ ਦੇ ਵਿੱਚ ਇੱਕ ਇਕਨੋਮਿਕ ਜਿਹੜੀ ਗਰੋਥ ਹੈ ਉਹ ਹੁੰਦੀ ਹੈ ਤਾਂ ਰਾਮ ਮੰਦਿਰ ਬਣ ਜਾਵੇ, ਸਾਨੂੰ ਕੋਈ ਦਿੱਕਤ ਨਹੀਂ, ਲੇਕਿਨ ਡਿਵਲਪਮੈਂਟ ਹੋਣ। ਸਬਕਾ ਸਾਥ ਸਬਕਾ ਵਿਕਾਸ ਦਾ ਜਿਹੜਾ ਨਾਰਾ ਉਹ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਇਆ ਗਿਆ ਸੀਗਾ। ਹੁਣ ਜੇਕਰ ਗੱਲ ਅਸੀਂ ਕਰ ਲੈਂਦੇ ਹਾਂ ਡਿਮੋਨੇਟਾਈਜੇਸ਼ਨ ਦੀ, ਨੋਟਬੰਦੀ ਦੀ, GST ਜਿਹੜਾ ਉਹ ਵੀ ਹਾਲ ਫਿਲਹਾਲ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨਿਆ ਗਿਆ ਸੀਗਾ ਤਾਂ ਉਹਦਾ ਕਿੰਨਾ ਫਾਇਦਾ ਜਿਹੜਾ ਉਹ ਦੇਸ਼ ਨੂੰ ਪਹੁੰਚਿਆ ਸੀਗਾ, ਇਹ ਵੀ ਇੱਕ ਗੰਭੀਰ ਵਿਸ਼ਾ ਬਣਿਆ ਹੋਇਆ। ਡਿਮੋਨੇਟਾਈਜੇਸ਼ਨ ਨੂੰ ਲੈ ਕੇ ਕਈ ਲੋਕ ਰੋਡਾਂ ਦੇ ਉੱਤੇ ਉਤਰੇ, ਵਿਰੋਧੀ ਧਿਰਾਂ ਨੇ ਇਹਨੂੰ ਪੋਲੀਟੀਕਲ ਜਿਹੜਾ ਸਟੰਟ ਦੱਸਿਆ ਕਿ ਇਹ ਡਿਮੋਨੇਟਾਈਜੇਸ਼ਨ ਜਿਹੜੀ ਕੀਤੀ ਗਈ ਹੈ ਉਹਦੇ ਤੋਂ ਕੋਈ ਵੀ ਫਾਇਦਾ ਨਹੀਂ ਹੋਇਆ। ਮੇਰੇ ਨਾਲ RP ਸਿੰਘ ਜਿਹੜੇ ਨੇ ਨੈਸ਼ਨਲ ਸੈਕਟਰੀ BJP ਦੇ, ਉਹ ਮੇਰੇ ਨਾਲ ਫੋਨ ਲਾਈਨ 'ਤੇ ਇਸ ਟਾਈਮ ਜੁੜ ਚੁੱਕੇ ਨੇ। ਅਸੀਂ ਜ਼ਰੂਰ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ 2019 ਦੇ ਵਿੱਚ ਕੀ ਕੁਝ ਸਰਕਾਰ ਕਰਨ ਜਾ ਰਹੀ ਹੈ ਔਰ ਕਿਹਦੀ ਸਰਕਾਰ ਬਣਨਗੀ, ਕੀ ਮੁੜ ਤੋਂ ਪ੍ਰਧਾਨ ਮੰਤਰੀ ਮੋਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। RP ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। RP ਸਿੰਘ ਜੀ, ਮੈਨੂੰ ਇਹ ਦੱਸੋ ਕਿ 5 ਸਾਲ ਪੂਰੇ ਹੋਣ ਜਾ ਰਹੇ ਹਨ, BJP ਨੇ ਸਭ ਤੋਂ ਮੇਜਰ 5 ਕੰਮ ਕੀ ਕੀਤੇ ਹਨ? ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ 'ਚ ਜਿਹੜਾ ਸਭ ਤੋਂ ਗਰੀਬ ਤਬਕਾ ਹੈ, ਜਿਹੜਾ ਸਭ ਤੋਂ ਪਿਛੜਾ ਤਬਕਾ ਹੈ, ਉਹਦੀ ਚਿੰਤਾ ਹੋਈ ਹੈ ਔਰ ਉਹਦੇ ਵਾਸਤੇ ਸਭ ਤੋਂ ਜਿਹੜਾ ਵੱਡਾ ਕੰਮ ਇਸ ਦੇਸ਼ 'ਚ ਹੋਇਆ ਕਿ ਜਿਹੜਾ ਗਰੀਬ ਤੋਂ ਗਰੀਬ ਨੂੰ 5 ਲੱਖ ਦੀ ਇੰਸ਼ੋਰੈਂਸ, 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਅਸੀਂ ਪ੍ਰੋਵਾਈਡ ਕੀਤੀ ਹੈ। ਇਹ ਦੇਸ਼ ਵਿੱਚ, ਹਿੰਦੁਸਤਾਨ ਵਿੱਚ ਪਹਿਲੀ ਵਾਰ ਹੋਇਆ, ਅੱਜ ਤੋਂ ਪਹਿਲੇ ਕਦੇ ਹੋਇਆ ਨਹੀਂ। ਓਕੇ, ਦੂਜੀ ਗੱਲ ਇਹ ਹੈ ਕਿ ਨੌਜਵਾਨ ਵਾਸਤੇ ਪਹਿਲੀ ਵਾਰ ਆਇਆ ਕਿ ਬੈਂਕ ਦੇ ਦਰਵਾਜ਼ੇ ਖੋਲਤੇ, ਮੁਦਰਾ ਯੋਜਨਾ ਲੋਨ ਵਿੱਚ ਬਿਨਾਂ ਬੈਂਕ ਗਰੰਟੀ ਤੋਂ 50,000 ਤੋਂ ਲੈ ਕੇ 10 ਲੱਖ ਦਾ ਲੋਨ ਸਰਕਾਰ ਨੇ ਦਿੱਤਾ ਔਰ ਦੇਸ਼ ਵਿੱਚ ਕੋਈ 16 ਕਰੋੜ ਲੋਕਾਂ ਨੂੰ ਬੈਂਕ ਦੇ ਲੋਨ ਮਿਲੇ ਨੇ, 16 ਕਰੋੜ ਲੋਕਾਂ ਨੂੰ, ਬੱਚਿਆਂ ਨੂੰ। ਓਕੇ, ਤੀਜੀ ਗੱਲ ਵੱਡੀ ਗੱਲ ਇਹ ਹੈ ਕਿ ਜਿਹੜੀ ਲੇਡੀਜ਼ ਨੇ, ਜਿਹੜੀ ਹਿੰਦੁਸਤਾਨ ਦੀ ਲੇਡੀਜ਼ ਨੇ, ਉਹ ਘਰ ਦਾ ਜਿਹੜਾ ਚੁੱਲ੍ਹਾ ਹੈ ਉਹ ਹੁਣ ਤੱਕ ਲੱਕੜ ਤੋਂ ਜਾਂ ਉਪਲਿਆਂ ਤੋਂ ਚਲਾਉਂਦੀ ਸੀ, ਅੱਜ ਹਿੰਦੁਸਤਾਨ ਵਿੱਚ 8 ਕਰੋੜ ਲੇਡੀਜ਼ ਨੂੰ ਅਸੀਂ ਗੈਸ ਦਾ ਚੁੱਲ੍ਹਾ ਘਰ ਜਾ ਕੇ ਗੈਸ ਸਿਲੰਡਰ ਫ੍ਰੀ ਦਿੱਤੇ ਨੇ ਪਹਿਲੀ ਵਾਰ, ਤਾਂ ਕਿ ਉਹ ਜਿਹੜਾ ਤਕਲੀਫ ਹੈ ਘਰ ਦੀ ਉਹ ਠੀਕ ਹੋਏ। ਅਗਲੀ ਗੱਲ ਇਹ ਜਿਹੜੀ ਹੋਈ ਹੈ ਕਿ ਦੇਸ਼ ਦੇ ਜਿਹੜੇ ਕਿਸਾਨ ਨੇ ਉਹ ਹੈਗੇ ਸਨ, ਉਹਨਾਂ ਦੀ ਚਿੰਤਾ ਕਰਦੇ ਹੋਏ ਹੁਣ ਹਰ ਸਾਲ 1,000 ਰੁਪਇਆ, ਹਰ ਮਹੀਨੇ 500 ਰੁਪਇਆ ਉਹਨਾਂ ਨੂੰ ਇੱਕ ਕੰਪਨਸੇਸ਼ਨ ਮਿਲੇਗਾ, ਤਾਂ ਕਿ ਉਹ ਆਪਣਾ ਕੁਛ ਵੀ ਉਹਦੇ ਤੋਂ ਬੀਜ ਲੈਣ, ਬੇਸ਼ੱਕ ਆਪਣਾ ਕੁਛ ਘਟਦਾ ਹੁੰਦਾ, ਉਹ ਉਹਦੀ ਇੰਸਟਾਲਮੈਂਟ ਚਲੇ ਗਏ, ਉਹਦੀ ਪਹਿਲੀ ਸਰਕਾਰ ਨੇ ਭੇਜੀ, ਉਹ ਹਰ ਕੁਆਟਰ 2,000 ਰੁਪਏ ਜਾਣੀ ਕਿ ਉਹਦੀ ਪਹਿਲੀ ਇੰਸਟਾਲਮੈਂਟ ਉਹਦੀ ਆਲਰੇਡੀ ਗਰੀਬ ਕਿਸਾਨ ਕੋਲ ਚਲੀ ਗਈ। ਅਗਲੀ ਗੱਲ
ਜਿਹੜੀ ਹੋਏਗੀ, ਅੱਜ ਤੱਕ ਹਿੰਦੁਸਤਾਨ ਵਿੱਚ ਕਦੇ ਵੀ ਬੈਂਕ ਦੇ ਖਾਤੇ ਕਦੇ ਗਰੀਬ ਆਦਮੀ ਇੱਥੇ ਨਹੀਂ ਖੁੱਲਦੇ ਸਨ ਬੈਂਕ ਦੇ ਦਰਵਾਜ਼ੇ। ਅੱਜ ਗਰੀਬ ਆਦਮੀ ਬੈਂਕ ਜਾ ਕੇ ਬਿਨਾਂ ਪੈਸਾ ਜਮ੍ਹਾਂ ਕਰੇ ਆਪਣਾ ਬੈਂਕ ਦਾ ਖਾਤਾ ਖੋਲ ਸਕਦਾ ਹੈ, ਔਰ ਉੱਥੋਂ ਇੱਕ ਕ੍ਰੈਡਿਟ ਕਾਰਡ ਮਿਲ ਜਾਏਗਾ ਗਰੀਬ ਆਦਮੀ ਵਾਸਤੇ, 5000 ਰੁਪਏ ਜਿਹੜਾ ਉਹਨੂੰ ਸੁਵਿਧਾ ਮਿਲਦੀ ਹੈ, 5000 ਰੁਪਏ ਉਹ ਜਦ ਮਰਜ਼ੀ ਬੈਂਕ ਤੋਂ ਲੈ ਸਕਦਾ, ਰੀਪੇ ਕਰਨਾ ਹੈ, ਪਰ ਉਹ 5000 ਰੁਪਏ। ਠੀਕ ਹੈ ਹਿੰਦੁਸਤਾਨੀ ਗਰੀਬ ਆਦਮੀ। ਆਰਪੀ ਸਿੰਘ ਜੀ, ਮੈਂ 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 ਤੁਹਾਨੂੰ ਦਰਖਾਸਤ ਕਰਾਂਗਾ, ਆਰਪੀ ਸਿੰਘ ਜੀ ਮੈਂ ਤੁਹਾਨੂੰ ਦਰਖਾਸਤ ਕਰਾਂਗਾ, ਮੈਂ ਤੁਹਾਡੀ ਆਵਾਜ਼ ਜਿਹੜੀ ਹੈ ਮੇਰੇ ਕੋਲ ਪ੍ਰੋਪਰ ਤਰੀਕੇ ਨਾਲ ਨਹੀਂ ਪਹੁੰਚ ਰਹੀ, ਲੇਕਿਨ ਮੈਂ ਤੁਹਾਨੂੰ ਮੁੜ ਤੋਂ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਇਹ ਭਾਰਤ ਦੇ ਵਿੱਚ ਵਸਦੇ ਲੋਕਾਂ ਦੀ ਗੱਲ ਕੀਤੀ ਕਿ ਉਹਨਾਂ ਲਈ ਇਹ ਕੀਤਾ ਗਿਆ, ਸਾਡਾ ਸਿੱਖ ਡਾਇਸਪੋਰਾ ਜਾਣਨਾ ਚਾਹੁੰਦਾ ਕਿ ਤੁਸੀਂ ਸਿੱਖਾਂ ਲਈ ਕੀ ਕੀਤਾ, ਉਹ ਵੀ ਮੈਂ ਤੁਹਾਡੇ ਤੋਂ ਸਵਾਲ ਲਵਾਂਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਅੱਜ ਨੈਸ਼ਨਲ ਸੈਕਟਰੀ BJP ਦੀ ਭਾਰਤ ਤੋਂ ਸਾਡੇ ਨਾਲ ਮੌਜੂਦ ਹਨ, ਸਿੱਖ ਆਗੂ ਵੀ ਹਨ BJP ਦੀ ਤਰਫੋਂ, ਆਰਪੀ ਸਿੰਘ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹਨ। ਜੇਕਰ ਅਸੀਂ ਗੱਲ ਕਰਦੇ ਹਾਂ, ਔਰ ਇਹ ਕਹਿੰਦੇ ਕਿ BJP ਜਿਹੜੀ ਹੈ ਉਹ ਘਾਣ ਕਰ ਰਹੀ ਹੈ ਘੱਟ ਗਿਣਤੀ ਭਾਈਚਾਰਿਆਂ ਦਾ, ਔਰ BJP ਜਿਹੜੀ ਹੈ ਲਗਾਤਾਰ ਜਿਹੜੇ ਹੈ ਸਵਾਲ ਮੀਡੀਆ ਦੇ ਵਿੱਚ ਅਸੀਂ ਵੇਖੇ ਹਨ, ਸੋਸ਼ਲ ਮੀਡੀਆ ਦੇ ਉੱਤੇ ਵੀ ਸਵਾਲ ਗਰਮ ਹੋਏ ਹਨ। ਅੱਜ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਇਸ ਮੰਚ ਦੇ ਉੱਤੇ ਲਵਾਂਗੇ। ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਆਰਪੀ ਸਿੰਘ ਜੀ। ਆਰਪੀ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸਿੱਖਾਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਸਾਲ ਦੇ ਵਿੱਚ ਕੀ ਕੀਤਾ? ਸਭ ਤੋਂ ਵੱਡੀ ਗੱਲ, ਜਿਹੜਾ 84 ਦਾ ਇਨਸਾਫ ਕਈ ਸਾਲਾਂ ਤੋਂ ਨਹੀਂ ਮਿਲਿਆ ਸੀ ਜੀ, ਅੰਮ੍ਰਿਤਸਰ SIT ਬਣਾਈ, ਔਰ SIT ਅੰਤਰਗਤ ਜਿਹੜਾ ਮੇਨ ਆਗੂ ਸੀ 84 ਦਾ, ਜਿਹਨੇ 84 ਕਰਾਈ ਸੀ, ਉਹ ਅੱਜ ਜੇਲ੍ਹ ਵਿੱਚ ਹੈ। ਲੋਕੀ ਸੋਚਦੇ ਸਨ ਸੱਜਣ ਕੁਮਾਰ ਹਿੰਦੁਸਤਾਨੀ ਕਦੇ ਜੇਲ੍ਹ ਜਾ ਸਕੇਗਾ, ਕਦੇ ਨਹੀਂ ਹੋ ਸਕਿਆ ਜੀ। ਔਰ ਇਹ ਨਹੀਂ, ਉਹ ਇੱਕ ਹਲੇ ਗਿਆ, ਹਲੇ ਬਾਕੀ ਕੇਸਿਸ ਆਨ ਨੇ, ਔਰ ਉਹਦੇ ਨਾਲ ਹੋਰ ਵੀ ਉਹਦੇ ਤੋਂ ਲੋਕੀ ਸਜ਼ਾ ਹੋਈ ਹੈ। ਕਾਂਗਰਸ ਨੇ ਪੂਰਾ ਦਬਾਅ ਬਣਾਇਆ ਕਿ ਕਿਸੇ ਢੰਗ ਨਾਲ ਇਹ ਮਾਮਲਾ ਨਾ ਚੱਲੇ, ਔਰ ਕਾਂਗਰਸ ਦੇ ਵੱਡੇ ਜਿਹੜੇ ਆਗੂ ਨੇ ਉਹਨਾਂ ਨੇ ਰਿਪ੍ਰੈਜੈਂਟ ਕੀਤਾ, ਖੁਰਸ਼ੀਦ ਸਾਹਿਬ ਨੇ ਔਰ ਬਾਕੀ ਲੋਕਾਂ ਨੇ ਆਗੂ ਜਾ ਕੇ ਰਿਪ੍ਰੈਜੈਂਟ ਕੀਤਾ ਸੱਜਣ ਕੁਮਾਰ ਨੂੰ। ਪਰ ਸਰਕਾਰ ਬੜੀ ਕਲੀਅਰ ਸੀ ਕਿ ਇਹਨੂੰ ਭੇਜਣਾ ਹੀ ਭੇਜਣਾ, ਹਰ ਕੀਮਤ 'ਤੇ ਜਿਹੜੇ 84 ਦਾ ਇਨਸਾਫ ਮਿਲਣਾ ਹੀ ਮਿਲਣਾ। ਦੂਜੀ ਗੱਲ, ਜਿਹੜਾ ਦਿੱਲੀਓਂ ਲੋਕਾਂ ਨੂੰ ਜਾਂ ਅੰਮ੍ਰਿਤਸਰ ਲੋਕਾਂ ਨੂੰ ਨਾਂਦੇੜ ਸਾਹਿਬ ਜਾਣ ਦਾ, ਉੱਥੇ ਏਅਰਪੋਰਟ ਦਾ ਔਖਾ ਸੀ, ਅੱਜ ਨਾਂਦੇੜ ਸਾਹਿਬ ਦੀ ਫਲਾਈਟ ਆਨ ਹੋ ਗਈ, ਲੋਕੀ ਆਰਾਮ ਨਾਲ ਨਾਂਦੇੜ ਸਾਹਿਬ ਜਾ ਪਾਉਂਦੇ ਨੇ ਦਿੱਲੀਓਂ। ਤੀਜਾ 550 ਸਾਲ ਦੇ ਅੰਤਰਗਤ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਗੁਰਪੁਰਬ ਆ ਰਿਹਾ, ਉਹਦੇ ਅੰਤਰਗਤ ਕਰਤਾਰਪੁਰ ਸਾਹਿਬ ਦੇ ਲਾਂਘਾ ਖੋਲਣ ਦਾ ਪ੍ਰੋਸੈਸ ਸ਼ੁਰੂ ਕੀਤਾ, ਉਹ ਹੋਇਆ। ਸੁਲਤਾਨਪੁਰ ਲੋਧੀ ਨੂੰ ਵਰਲਡ ਕਲਾਸ ਵਰਲਡ ਕਲਾਸ ਹੈਰੀਟੇਜ ਸਿਟੀ ਬਣਾਉਣ ਦਾ ਕੰਮ ਸ਼ੁਰੂ ਕਰਤਾ, ਜਿਹੜਾ ਸਭ ਤੋਂ ਵੱਡਾ ਕੰਮ ਸਰਕਾਰ ਨੇ, ਇਹ ਕੰਮ ਕੁਛ ਨਹੀਂ, ਜਿਹੜਾ ਅਸਲੀ ਕੰਮ ਦੱਸ ਲੱਗਾ, ਜਿਹੜਾ ਸਭ ਤੋਂ ਵੱਡਾ ਕੰਮ ਸਰਕਾਰ ਨੇ ਕੀਤਾ। ਭਾਰਤ ਸਰਕਾਰ ਨੇ ਯੂਨੈਸਕੋ ਨੂੰ ਅਪਰੋਚ ਕੀਤਾ ਹੈ ਔਰ ਕਿਹਾ ਕਿ ਉਹਦੇ ਵਾਸਤੇ ਭਾਰਤ ਸਰਕਾਰ ਨੂੰ ਫੈਲੀਸਿਲੇਟ ਕਰ ਰਹੀ ਹੈ ਕਿ ਦੁਨੀਆਂ ਭਰ ਦੀ ਭਾਸ਼ਾ ਵਿੱਚ, ਦੁਨੀਆਂ ਭਰ ਦੀ ਲੈਂਗੁਏਜ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟ੍ਰਾਂਸਲੇਸ਼ਨ ਹੋਏ ਔਰ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ ਉਹ ਸਾਰੇ ਦੁਨੀਆਂ ਤੱਕ ਜਾਵੇ। ਇਹ ਕੰਮ, ਇਹ ਜਿੰਨੇ ਕੰਮ ਬਾਕੀ, ਉਸ ਤੋਂ ਸਭ ਤੁਹਾਡਾ ਇਹ ਕੰਮ ਹੈ ਸਰਕਾਰ ਵੱਲੋਂ ਜਿਹੜਾ ਕੀਤਾ ਗਿਆ ਕਿ ਦੁਨੀਆਂ ਭਰ ਦੀ ਲੈਂਗੁਏਜ, ਆਲ ਵਰਲਡ ਲੈਂਗੁਏਜ, ਯੂਨੈਸਕੋ ਹੈਜ਼ ਬੀਨ ਅਸਾਈਨਡ ਟੂ ਟ੍ਰਾਂਸਲੇਟ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਇਨ ਦੇ ਲੈਂਗੁਏਜ। ਓਕੇ, ਇਹ ਕੱਲ ਪਤਾ ਨੀ ਲੋਕਾਂ ਨੂੰ ਇਹ ਮੈਸੇਜ ਗਿਆ ਨੀ, ਇਸ ਤੋਂ ਵੱਡਾ ਕੰਮ, ਮੈਂ ਤਾਂ ਕੰਮ ਹੋਰ ਨਾ ਹੁੰਦਾ, ਪਰ ਇਸ ਤੋਂ ਵੱਡਾ ਕੰਮ ਹੋ ਸਕਦਾ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ, ਕਮਿਊਨਿਟੀ ਦਾ ਮੈਸੇਜ ਉਹ ਦੁਨੀਆਂ 'ਚ ਜਾਵੇ। ਅੱਛਾ, ਤੇ ਫਿਰ ਤੁਸੀਂ ਮੰਨਦੇ ਹੋ ਕਿ ਸਿੱਖਾਂ ਦੇ ਲਈ BJP ਸਰਕਾਰ ਜਿਹੜੀ ਹੈ ਉਹ ਕੰਮ ਕਰ ਰਹੀ ਹੈ? ਨਹੀਂ, ਸਿੱਖਾਂ ਦੀ ਨਹੀਂ, ਇਹ ਗੱਲ ਸਿੱਖਾਂ ਦੀ ਨਹੀਂ, BJP ਸਰਕਾਰ ਸਾਰਿਆਂ ਵਾਸਤੇ ਕੰਮ ਕਰ ਰਹੀ ਹੈ। ਇਹ ਕੰਮ ਜਸਟਿਸ ਸਾਰਿਆਂ ਵਾਸਤੇ ਹੈ, ਜਸਟਿਸ ਜਿਹੜਾ, ਅਗਰ 84 ਜਸਟਿਸ ਮਿਲਦਾ ਤਾਂ ਕੋਈ ਸਿੱਖਾਂ ਨਾਲ ਜਸਟਿਸ ਨਹੀਂ ਹੈ, ਉਹ ਜਸਟਿਸ ਮਿਲਣਾ ਹੀ ਚਾਹੀਦਾ ਹੈ। ਤੁਹਾਨੂੰ ਲੱਗਦਾ ਹੈ ਕਿ BJP ਜਿਹੜੀ ਹੈ ਉਹ ਸਿੱਖਾਂ ਨੂੰ ਜਸਟਿਸ ਦੇ ਰਹੀ ਹੈ ਭਾਰਤ ਦੇ ਵਿੱਚ? ਅਗਰ ਨਾ ਹੁੰਦਾ ਤੇ, ਅਗਰ ਨਾ ਹੁੰਦਾ ਤੇ ਸੋਚੋ ਨਾ ਜੀ, ਜਿਹੜਾ ਮਾਮਲੇ 34 ਸਾਲ ਤੋਂ ਰੁਕੇ ਸਨ, ਮੈਂ ਖੁਦ ਸੁਪਰੀਮ ਕੋਰਟ 4-4 ਵਾਰ ਕੇਸ ਆਪ ਲਾਏ ਨੇ, ਉਹਨਾਂ ਦੇ ਬੇਸ ਤੇ SIT ਜਿਹੜੀ ਬਣ ਕੇ ਰੁਕ ਗਈ ਸੀ, ਉਹ ਦੁਆਰਾ ਸੁਪਰੀਮ ਕੋਰਟ ਕਰਕੇ ਰੁਕੀ ਸੀ, ਸੁਪਰੀਮ ਕੋਰਟ ਜਾ ਕੇ ਪਟੀਸ਼ਨ ਲਾ ਕੇ, ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਜਾ ਕੇ ਪਟੀਸ਼ਨ ਲਾ ਕੇ, ਦੁਆਰਾ ਪ੍ਰੈਜ਼ੀਡੈਂਟ ਇੰਡੀਆ ਕੋਲੋਂ ਥੱਲੇ ਮੈਸੇਜ ਨੋਟੀਫਾਈ ਕਰਾ ਕੇ ਦੁਆਰਾ ਨੋਟੀਫਾਈ ਕਰਾਈਆਂ SIT। ਸੱਜਣ ਕੁਮਾਰ ਨੂੰ ਕੋਈ ਵੱਡੀ, ਹੁਣ ਪਰਸੋਂ ਫਿਰ ਉਹ ਜੇਲ੍ਹ ਦੇ ਆਪਣਾ ਕੋਰਟ ਦੇ ਵਿੱਚ ਸੀਗਾ ਵੱਡੀ ਟੀਮ ਲੈ ਕੇ, ਔਰ ਜਿਹੜੀ ਚਮਕੌਰ ਉਹਨਾਂ ਦੀ ਮੇਨ ਵਿਟਨੈਸ ਸੀਗੀ, ਉਹਨੂੰ ਉਹਨਾਂ ਦੇ ਵਕੀਲ ਧਮਕਾਉਂਦੇ ਹੋਏ ਨਜ਼ਰ ਆਏ ਕੋਰਟ ਦੇ ਅੰਦਰ। ਤੁਸੀਂ ਕਹਿ ਰਹੇ ਹੋ ਕਿ ਸੱਜਣ ਕੁਮਾਰ ਹੁਣ ਦੇਖੋ ਵਾਪਸ ਚਮਕੌਰ ਨੂੰ ਸਰਕਾਰ ਨੇ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਜੀ, ਪਰ ਉਹ
ਪੋਰਟ ਚ ਜਾ ਕੇ ਕੁਛ ਬਦਮਜੀ ਕਰੇ, ਉਹਦਾ ਪੋਰਟ ਕੋਕਜਨ ਲੈ ਰਹੀ ਜੀ। ਅੱਗੇ ਵੀ ਚਮਕੁਰ ਦਾ ਮਾਮਲਾ ਆਇਆ ਸੀ, ਮੈਂ ਖੁਦ ਪ੍ਰਾਈਮ ਮਿਨਿਸਟਰ ਆਫਿਸ ਦੇ ਜਿਹੜੇ ਮੰਤਰੀ ਨੇ ਡਾਕਟਰ ਜਿੰਦਰ ਸਿੰਘ ਉਹਨਾਂ ਜਾ ਕੇ ਮਿਲਿਆ ਸੀ, ਜਾ ਕੇ ਸਾਰੀ ਗੱਲ ਕੀਤੀ ਸੀ, ਉਹਨਾਂ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਨੀ ਖਿੱਚੀ ਹੋਈ। ਇਹ ਕਾਂਗਰਸ ਦਾ ਸਟਾਈਲ ਹੈ, ਇਹ ਦਿਖਦਾ ਹੈ ਕਿ ਕਾਂਗਰਸ ਗੁੰਡਾਗਰਦੀ, ਬਦਤਮੀਜੀ, ਦਾਦਾਗਿਰੀ ਜੋ ਵੀ ਕਹਿ ਸਕਦੇ ਅਸੀਂ, ਉਹ ਕਰਨ ਤੇ ਲਾਗੂ ਹੈ, ਆਧਾਰੂ ਹੈ ਕਿ ਉਹ ਚਾਹੁੰਦੀ ਕਿ ਵਿਟਨੈਸ ਨਾ ਵਿਟਨੈਸ ਹੈ ਨਾ ਵਿਟਨੈਸ ਜਿੰਨੀਆਂ ਤੋੜ ਸਕੀ ਤੋੜ ਸਕੀਏ। ਚਮਕੌਰ ਵਾਲੇ ਮਾਮਲੇ ਚ ਚਮਕੌਰ ਵਾਲੇ ਮਾਮਲੇ ਚ ਸੱਜਣ ਕੁਮਾਰ ਨੂੰ 100% ਸਜ਼ਾ ਹੋਈ। ਚਲੋ ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਸੱਜਣ ਕੁਮਾਰ ਨੂੰ ਤੁਸੀਂ ਸਜ਼ਾ ਜਿਹੜੀ ਆ ਉਹ, ਚਲੋ ਉਹ ਨਿਆਂਪਾਲਿਕਾ ਜਿਹੜੀ ਆ ਉਹ ਤੈਅ ਕਰੇਗੀ, ਸਜ਼ਾ ਹੋ ਸਕਦੀ ਹੈ। ਚਲੋ ਉਹਨੂੰ ਵੱਡੀ ਤੁਸੀਂ ਕਹਿ ਰਹੇ ਹੋ ਕਿ ਕੁਝ ਨਾ ਕੁਝ ਹੋਏਗਾ ਸੱਜਣ ਕੁਮਾਰ ਨੂੰ। ਫਿਰ ਮੈਨੂੰ ਇੱਕ ਗੱਲ ਹੋਰ ਦੱਸੋ, ਅਤੇ ਫਿਰ ਸਾਡੇ ਸਿੱਖ ਡਾਇਸਪੋਰਾ ਦੇ ਵਿੱਚ ਇਹ ਵੀ ਇੱਕ ਗੱਲ ਉਹਨਾਂ ਦੇ ਮਨ ਮੰਦਰਾਂ ਦੇ ਵਿੱਚ ਹੈਗੀ ਹੈ ਕਿ RSS ਜਿਹੜੀ ਹੈਗੀ ਹੈ ਉਹ ਸਿੱਖੀ ਨੂੰ ਸਿੱਖੀ ਦਾ ਘਾਣ ਕਰ ਰਹੀ ਹੈ ਔਰ ਸਿੱਖ ਇਤਿਹਾਸ ਦੇ ਨਾਲ ਵੀ ਛੇੜਛਾੜ ਕਰਦੀ ਹੈ, ਔਰ ਉਹ ਇਹ ਮੰਨਦੀ ਹੈ ਕਿ ਅੱਜ ਵੀ ਸਿੱਖ ਜਿਹੜੇ ਨੇ ਉਹ ਹਿੰਦੂ ਨੇ। ਇੱਕ ਗੱਲ ਮੈਂ ਪਤਾ ਨਹੀਂ ਕਿ ਮੈਂ ਬਾਰ ਬਾਰ ਤੁਸੀਂ ਕੁਸ਼ਚਨ ਆਉਂਦਾ, ਮੈਂ ਬੇਨਤੀ ਕਰਾਂਗਾ ਜਿੰਨੇ ਵੀ ਸਿੱਖ ਡਾਇਸਪੋਰਾ ਨੇ ਉਹ ਕਿਰਪਾ ਕਰਕੇ ਇੰਟਰਨੈਟ ਤੇ ਅੱਜ ਤਾਂ ਸਾਰੇ ਕੋਲ ਗੂਗਲ ਤੇ ਜਾ ਕੇ ਸਰਚ ਮਾਰਨ RSS ਸਟੈਂਡ ਔਨ ਸਿੱਖ। ਸਨ 2000 ਵਿੱਚ ਅਗਰ 29 ਤਾਰੀਖ ਯਾਦ ਹੈ, 14 ਜਨਵਰੀ ਜਾਂ 15 ਜਨਵਰੀ ਤਾਰੀਖ ਹੈਗੀ ਹੈ, ਕੈਟਾਗੋਰੀਕਲੀ RSS ਦੇ ਜਿਹੜੇ ਆਗੂ ਸਨ ਉਹ ਮਨੋਰਟੀ ਕਮਿਸ਼ਨ ਮਿਲੇ, ਉੱਥੇ ਜਾ ਕੇ ਕੈਟਾਗੋਰੀਕਲੀ ਸਟੇਟ ਕੀਤਾ ਕਿ ਸਿੱਖ ਇਜ਼ ਅ ਸੈਪਰੇਟ ਰਿਲੀਜਨ ਐਂਡ ਹੈਜ਼ ਅ ਸੈਪਰੇਟ ਆਈਡੈਂਟੀ। ਦੈਨ ਵਾਈ ਦੇਰ ਇਜ਼ ਨੋ ਅਮੈਂਡਮੈਂਟ ਇਨ ਆਰਟੀਕਲ 25B, ਦੈਨ ਵਾਈ ਯੂ ਕਾਂਟ ਸੇ ਦੈਟ ਵੀ ਆਰ ਅ ਡਿਫਰੈਂਟ ਰਿਲੀਜਨ ਐਂਡ ਵੀ ਹੈਵ ਅ ਡਿਫਰੈਂਟ ਪ੍ਰੈਕਟਿਸ। ਉੱਥੇ ਬਹਿਸ ਕਰੀ ਸ਼ੁਰੂ ਕਰ, ਮੈਂ ਚਾਹੁੰਦਾ ਉਹ ਸਾਰੇ ਇਸ਼ੂ ਤੇ ਬਹਿਸ ਸ਼ੁਰੂ ਹੋਏ, ਕਮਿਊਨਿਟੀ ਸ਼ੁਰੂ ਹੋਏ, ਦੇਸ਼ ਬਹਿਸ ਸ਼ੁਰੂ ਹੋਏ, ਉਹਦੇ ਚੈੱਕ ਕੀਤਾ ਜਾਏ, ਦੇਖਿਆ ਜਾਏ ਵੀ ਉਹ ਸਾਨੂੰ ਵਾਰਾ ਖਾਂਦਾ ਹੈ ਨਹੀਂ ਖਾਂਦਾ, ਉਹ ਸਾਡੇ ਵਾਸਤੇ ਅੱਛੇ ਹੈ ਅੱਛੇ ਵਾਸਤੇ ਹੈ ਜਾਂ ਨਹੀਂ ਹੈ, ਉਹ ਚੈੱਕ ਕਰਕੇ ਅਗਰ ਲੱਗਦਾ ਕਿ ਬਦਲਣਾ ਚਾਹੀਦਾ ਬਦਲਣਾ ਚਾਹੀਦਾ, ਉਹਦੀ ਕੋਈ ਗੱਲ ਨਹੀਂ, ਪਰ ਪਹਿਲੇ ਸਮਝੀਏ ਤੇ ਵੀ ਉਹ ਸਾਨੂੰ ਸਿੱਖਾਂ ਵਾਸਤੇ ਠੀਕ ਹੈ ਜਾਂ ਨਹੀਂ ਹੈ, ਉਹਦੇ ਪਲੱਸ ਪਹਿਲੇ ਸਾਰੇ ਸਮਝ ਲਈਏ, ਉਹਦੇ ਕੁਝ ਐਡਵਾਂਟੇਜਸ ਨੇ ਕੁਝ ਡਿਸਐਡਵਾਂਟੇਜਸ ਨੇ, ਉਹ ਕਰਕੇ ਚਲੋ ਐਡਵਾਂਟੇਜਸ ਛੱਡ ਦਿੰਦੇ ਆਪਾਂ, ਡਿਸਐਡਵਾਂਟੇਜਸ ਕੀ ਨੇ? ਜਵਾਬ ਹੋਰ ਦੇ ਦਿਓ, ਭਾਰਤ ਦੇ ਵਿੱਚ ਅਗਰ ਕੋਈ ਖਾਲਿਸਤਾਨ ਦੀ ਗੱਲ ਕਰਦਾ ਉਹਨੂੰ ਉਮਰ ਕੈਦ ਕੀ ਹੋ ਜਾਂਦੀ ਹੈ? ਦੇਖੋ ਪਤਾ ਨੀ ਤੁਹਾਨੂੰ ਕਿੱਦਾਂ ਗੱਲ ਸਮਝੀ, ਅਗਰ ਖਾਲਿਸਤਾਨ ਦੀ ਗੱਲ ਕੋਈ ਬੰਦੂਕ ਚੱਕ ਕੇ ਕਰੇਗਾ ਜਾਂ ਉਹਦੇ ਨਾਲ ਕੋਈ ਦੇਸ਼ ਦੇ ਖਿਲਾਫ ਰਿਵੋਲਟ ਦੀ ਗੱਲ ਕਰੇਗਾ ਹੈ, ਅਦਰਵਾਈਜ਼ ਮੁਕਦਮਾ ਦਰਜ ਹੋ ਜਾਂਦਾ ਤਿੰਨ ਨੌਜਵਾਨਾਂ ਦੀ ਗੱਲ ਕਰ ਰਹੇ ਜਿਹਨਾਂ ਦਾ ਹਾਲ ਫਿਲਹਾਲ ਦੇ ਵਿੱਚ ਮੁੱਦਾ ਸਾਹਮਣੇ ਆਇਆ। ਮੈਂ ਵਾਪਸ ਕਹਿ ਰਿਹਾ ਜੀ, ਅਗਰ ਕੋਈ ਅੱਤਵਾਦ ਦੇ ਮਾਮਲਾ ਨਾਲ ਚਲਾਏਗਾ, ਅਗਰ ਉਹ ਕਹੇਗਾ ਕਿ ਮੈਂ ਦੇਸ਼ ਦੇ ਖਿਲਾਫ਼ ਬੰਦੂਕ ਚੱਕਣੀ ਹੈ, ਮੈਂ ਦੇਸ਼ ਦੇ ਖਿਲਾਫ਼ ਲੜਾਈ ਲੜਨੀ ਹੈ, ਦੇਸ਼ ਨੂੰ ਵੰਡਣਾ ਹੈ, ਉਹਦੇ ਖਿਲਾਫ਼ ਮੁਕਦਮਾ ਦੇ ਰਹੇ, ਉਹ ਖਾਲਿਸਤਾਨ ਦਾ ਹੈ, ਉਹ ਕਿਸੇ ਉਹ ਤਮਿਲਨਾਡੂ ਦਾ ਹੋਏ, ਉਹ ਉੜੀਸਾ ਦਾ ਹੋਏ, ਉਹ ਗੁਜਰਾਤ ਦਾ ਹੈ। ਆਰਪੀ ਸਿੰਘ ਜੀ ਲਿਟਰੇਚਰ ਰੱਖੀ ਹੈ ਅਗਰ ਤੇ ਉਹ ਵੀ ਦੇਸ਼ ਦੇ ਖਿਲਾਫ਼ ਲੜਨਾ ਚਾਹੁੰਦਾ, ਉਹ ਤਾਂ ਲਿਟਰੇਚਰ ਨੂੰ ਪੜ੍ਹ ਰਿਹਾ, ਅੱਜ ਕੱਲ੍ਹ ਤੇ ਹਰ ਕੁਝ ਅਵੇਲੇਬਲ ਹੈਗਾ ਇੰਟਰਨੈਟ ਦੇ ਉੱਤੇ। ਮੈਂ ਵਾਪਸ ਕਹਿ ਰਿਹਾ, ਮੇਰੀ ਜਾਣਕਾਰੀ ਤੁਸੀਂ ਸਪੈਸਿਫਿਕ ਜਾ ਕੇ ਕੇਸ ਦੱਸੋਗੇ ਤੇ ਮੈਂ ਉਹਦੀ ਜਾਣਕਾਰੀ ਲੈ ਕੇ ਦੱਸ ਦਾਂਗਾ, ਪਰ ਅਗਰ ਕੋਈ ਵੀ ਆਦਮੀ ਖਾਲਿਸਤਾਨ ਦਾ ਨਾਰਾ ਲਾਏ, ਕੋਈ ਦੇਸ਼ ਵਿੱਚ ਕੋਈ ਮੁਕਦਮਾ ਨਹੀਂ, ਪਰ ਖਾਲਿਸਤਾਨ ਦੇ ਨਾਲ ਅਗਰ ਬੰਦੂਕ ਚੱਕੇਗਾ ਔਰ ਉਹ ਉਹਦਾ ਮਾਮਲਾ ਇਹੋ ਜਿਹਾ ਹੋਏਗਾ ਜਿਹੜਾ ਦੇਸ਼ ਨੂੰ ਵੰਡਣ ਵਾਸਤੇ ਹੋਏਗਾ, ਮੈਂ ਵਾਪਸ ਕਹਿ ਰਿਹਾ ਹਾਂ ਖਾਲਿਸਤਾਨ ਨਹੀਂ, ਉਹ ਤਮਿਲਨਾਡੂ 'ਚ ਹੋਏ, ਉੜੀਸਾ 'ਚ ਹੋਏ, ਉਹ ਗੁਜਰਾਤ 'ਚ ਹੋਏ, ਆਸਾਮ 'ਚ ਹੋਏ, ਉਹ ਨਾਗਾਲੈਂਡ 'ਚ ਹੋਏ, ਜਿੱਥੇ ਹੋਏਗਾ, ਜਿਹੜਾ ਦੇਸ਼ ਦੇ ਖਿਲਾਫ਼ ਜਿਹੜਾ ਦੇਸ਼ ਨੂੰ ਵੰਟੀ ਕਰਨ ਦੀ ਗੱਲ ਕਰੇਗਾ ਉਹਦੇ ਖਿਲਾਫ਼ ਮੁਕਦਮਾ ਹੋਏਗਾ। ਸਾਡੇ ਸਿੱਖ ਡਾਇਸਪੋਰਾ ਦੇ ਵਿੱਚ ਇਹ ਵੀ ਰੋਸ਼ ਹੈ ਕਿ ਕਈ ਝੂਠੇ ਮੁਕਾਬਲੇ ਜਿਹੜੇ ਨੇ ਪੰਜਾਬ ਦੇ ਵਿੱਚ ਕਰਾਏ ਗਏ, ਉਹ ਸਿਰਫ ਸ਼ਾਂਤਮਈ ਢੰਗ ਦੇ ਨਾਲ ਖਾਲਿਸਤਾਨ ਦੀ ਮੰਗ ਕਰਦੇ ਸੀਗੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ, ਤਸ਼ੱਦਦਾਂ ਹੋਈਆਂ ਉਹਨਾਂ ਦੇ ਨਾਲ। ਪਿਛਲੇ 5 ਸਾਲਾਂ 'ਚ ਕੋਈ ਇਹੋ ਜਿਹੀ ਗੱਲ ਮੇਰੇ ਨਾਲ ਹੈ ਨਹੀਂ, ਹੋਰ ਹੈ ਤੇ ਮੈਂ ਸਪੈਸਿਫਿਕ ਕੇਸ ਦੇ ਦਿਓ, ਮੈਂ ਉਸ ਕੇਸ ਨੂੰ ਜਾ ਕੇ ਖੁਦ ਫਾਈਟ ਕਰਨ ਨੂੰ ਤਿਆਰ ਹਾਂ। ਅਤੇ ਕਾਲੀ ਸੂਚੀ ਤੁਸੀਂ ਕਹਿੰਦੇ ਹੋ ਕਿ ਖਤਮ ਕਰਤੀ, ਹਰ ਕੋਈ ਆ ਸਕਦਾ ਹੁਣ ਤੁਹਾਡੇ ਕੋਲ ਗੱਲ ਕਰਨ ਦੇ ਲਈ, ਬਣਤਾ ਨਹੀਂ ਕਰ ਲਓਗੇ ਜੱਗੀ ਜੋਹਲ ਵਾਂਗ? ਦੇਖੋ ਮੈਂ ਵਾਪਸ ਕਹਿਣਾ ਜੀ, ਕਾਲੀ ਸੂਚੀ ਆਲਮੋਸਟ 90% ਖਤਮ ਹੈ ਜੀ, ਕੋਈ ਜਿਹੜੇ ਇਹੋ ਜਿਹੇ ਮਾਮਲੇ ਜਿਹੜੇ ਲੜਕੇ ਵਾਲੇ ਮਾਮਲੇ ਨੇ ਉਹ ਮੇਰੀ ਜਾਣਕਾਰੀ ਸ਼ਾਇਦ 3 ਦਿਨ ਪਹਿਲੇ ਕੈਨੇਡਾ ਤੋਂ ਮਾਮਲਾ ਆਇਆ, ਉਹ ਮੈਂ ਡਿਟੇਲ ਲੈ ਕੇ ਹੋਮ ਮਿਨਿਸਟਰ ਨੂੰ ਅਪਰੋਚ ਕਰ ਚੁੱਕਾ, ਅਗਲੇ ਹਫ਼ਤੇ 'ਚ ਹੋਮ ਮਿਨਿਸਟਰੀ ਨਾਲ ਗੱਲ ਕਰਕੇ ਉਹ ਵੀ ਨਿਪਟਾਓਗੇ। ਜਿਹੜਾ ਕੋਈ ਅਗਰ ਸਪੈਸਿਫਿਕ ਕੇਸ ਹੈ, ਮੇਰੀ ਬੇਨਤੀ ਹੈ, ਮੈਂ ਆਪਣਾ ਨੰਬਰ
ਨੰਬਰ ਤਾਂ ਤੁਸੀਂ ਦਿਓ, ਅਸੀਂ ਚਾਹੁੰਦੇ ਕਿ ਤੁਸੀਂ ਇੱਕ ਅਮਰੀਕਾ ਫੇਰੀ ਵੀ ਮਾਰੋ, ਤੁਹਾਨੂੰ ਅਸੀਂ ਟੇਬਲ ਦੇ ਉੱਤੇ ਬਿਠਾ ਕੇ ਦੱਸ ਦੇ ਕੀ ਕੀ ਮਸਲੇ ਸਾਡੇ ਭਰਾਵਾਂ ਦੇ ਇੱਥੇ। ਖਾਲਿਸਤਾਨ ਦੇ ਮਸਲੇ ਤੇ ਵੀ ਡਿਸਕਸ਼ਨ ਕਰਨਾ ਚਾਹੁੰਦਾ ਵੀ ਖਾਲਿਸਤਾਨ ਦਾ ਕੀ ਤੁਹਾਡਾ ਪਰਸੈਪਸ਼ਨ ਹੈ, ਵਾਟ ਇਜ਼ ਖਾਲਿਸਤਾਨ ਦੀ, ਵਾਟ ਇਜ਼ ਯੂਅਰ ਪਰਸੈਪਸ਼ਨ ਆਫ ਖਾਲਿਸਤਾਨ। ਚਲੋ ਅਸੀਂ ਤਾਂ ਚਾਹੁੰਦੇ ਖਾਲਿਸਤਾਨ ਹੋਏ, ਪਰ ਖਾਲਿਸਤਾਨ ਦਾ ਪਰਸੈਪਸ਼ਨ ਕੀ ਤੁਹਾਡਾ? ਚਲੋ ਸਰ, ਵੀ ਆਰ ਵੇਟਿੰਗ ਫਾਰ ਯੂ ਫਾਰ ਸ਼ੋਰ, ਵੀ ਆਰ ਵੇਟਿੰਗ ਫਾਰ ਯੂ। ਸਿੱਖਾਂ ਦਾ ਕੋਈ ਸਿੱਖਾਂ ਦਾ ਪਲਾਨ ਦਾ ਹੋਏ ਉਹ ਸਾਰੇ ਦੇਸ਼ ਦੇ ਕੰਸਟੀਟਿਊਸ਼ਨ ਨਹੀਂ ਚਾਹੁੰਦਾ ਹੈ ਤੇ ਕੀ ਮਾੜੀ ਗੱਲ ਹੈ ਜੀ? ਠੀਕ ਹੈ, ਚਲੋ ਤੁਹਾਡੀ ਅਸੀਂ ਉਡੀਕ ਕਰ ਰਹੇ ਹਾਂ, ਛੇਤੀ ਆਓ ਅਮਰੀਕਾ ਔਰ ਅਸੀਂ ਜ਼ਰੂਰ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਆਰਪੀ ਸਿੰਘ ਜੀ ਆਪਣਾ ਕੀਮਤੀ ਸਮਾਂ ਦੇਣ ਲਈ। ਤਾਂ ਇਹ ਸੀ ਕਿ ਆਰਪੀ ਸਿੰਘ, ਫਿਲਹਾਲ ਰੁਕ ਰਹੇ ਬ੍ਰੇਕ ਲਈ, ਬ੍ਰੇਕ ਤੋਂ ਬਾਅਦ ਲਵਾਂਗਾ ਤੁਹਾਡੀ ਕਾਲਸ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮੁੜ ਹਾਜ਼ਰ ਤੁਹਾਡੀ ਖਿਦਮਤ ਦੇ ਵਿੱਚ, ਹੁਣ ਸਮਾਂ ਜੀ ਤੁਹਾਡੀ ਫੋਨ ਕਾਲਸ ਲੈਣ ਦਾ। ਜੇਕਰ ਤੁਸੀਂ ਮੈਨੂੰ ਫੋਨ ਨਹੀਂ ਕਰਨਾ ਚਾਹੁੰਦੇ, ਮੈਨੂੰ ਮੇਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ, harkirat@justbroadcasting.com, info@justbroadcasting.com ਦੇ ਉੱਤੇ ਲੈਣੇ ਆਪਾਂ ਆਪਣੇ ਕਾਲਰਸ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਸਤਿ ਸ਼੍ਰੀ ਅਕਾਲ ਸੰਜੇ ਚੌਬੇ, ਅਟਰਨੀ ਐਟ ਲਾਅ, ਨਿਊਯਾਰਕ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਚੌਬੇ ਸਾਹਿਬ, ਕੀ ਵਿਚਾਰ ਰੱਖਣਾ ਚਾਹੋਗੇ? ਮੈਂ ਤੁਹਾਡੇ ਪ੍ਰੋਗਰਾਮ ਦਾ ਬੜਾ ਪ੍ਰਸ਼ੰਸਕ ਹਾਂ, ਰੈਗੂਲਰ ਵਾਚ ਕਰਨਾ ਜੀ, ਧੰਨਵਾਦ। ਅੱਜ ਦੇ ਪ੍ਰੋਗਰਾਮ ਵਿੱਚ ਦੋ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿ ਅੱਜ ਦਾ ਪ੍ਰੋਗਰਾਮ ਇੱਦਾਂ ਲੱਗਦਾ, ਮੈਂ ਤਾਂ ਸਮਝਣਾ ਕਿ ਜਸ ਪੰਜਾਬੀ ਟੀਵੀ ਸਾਡੇ ਸਾਰੇ ਪੰਜਾਬੀਆਂ ਦਾ ਗਲੋਬਲ ਟੀਵੀ ਹੈ, ਪਰ ਅੱਜ ਲੱਗ ਰਿਹਾ ਹੈ ਕੇਵਲ ਪੰਜਾਬੀ ਸੂਬੇ ਦਾ ਹੀ ਟੀਵੀ ਹੈ ਜੀ। ਤੁਸੀਂ ਅੱਜ ਸਵਾਲ ਇਹ ਕੀਤੇ ਨੇ ਪੰਜਾਬੀ ਸੂਬੇ ਨੂੰ ਗੌਰਮੈਂਟ ਨੇ ਕੀ ਦਿੱਤਾ ਹੈ, ਪਰ ਇਹ ਗੌਰਮੈਂਟ ਕੇਵਲ ਪੰਜਾਬੀ ਸੂਬੇ ਦੀ ਨਹੀਂ ਹੈ, ਪੰਜਾਬੀ ਸੂਬੇ ਦੀ ਗੌਰਮੈਂਟ ਤੇ ਪੰਜਾਬ ਵਿੱਚ ਹੈ, ਇਹ ਭਾਰਤ ਵਰਸ਼ ਦੀ ਗੌਰਮੈਂਟ ਹੈ ਤੇ ਭਾਰਤ ਨੂੰ ਕੀ ਮਿਲਿਆ ਇਹ ਦੇਖਣਾ, ਪਹਿਲੀ ਚੀਜ਼ ਇਹ ਹੈ। ਭਾਰਤ ਨੂੰ ਕੀ ਮਿਲਿਆ ਜੀ, ਆਪਾਂ ਉਹ ਵੀ ਸਵਾਲ ਉਹਨਾਂ ਨੂੰ ਕੀਤਾ, ਉਹਨਾਂ ਨੇ ਦੱਸਿਆ ਕਿ ਭਾਰਤ ਨੂੰ ਕੀ ਮਿਲਿਆ। ਅਗਰ ਤੁਸੀਂ ਟੀਵੀ ਲੇਟ ਆਨ ਕੀਤਾ ਹੋਣਾ ਤਾਂ ਤੁਸੀਂ ਰਿਪੀਟ ਦੇਖ ਸਕਦੇ ਹੋ। ਮੈਂ ਸ਼ੁਰੂ ਤੋਂ ਦੇਖ ਰਿਹਾ। ਦੂਜਾ ਸਵਾਲ ਇਹ ਹੈ ਕਿ ਅੱਜ ਗੱਲ ਇਹ ਹੋਈ ਹੈ ਕਿ ਅਸੀਂ ਇੱਥੇ ਬੈਠੇ ਹਾਂ ਅਮਰੀਕਾ ਵਿੱਚ, ਤੇ ਤੁਸੀਂ ਕਹਿੰਦੇ ਹੋ ਕਿ ਇੰਡੀਆ ਵਿੱਚ ਸਿੱਖਾਂ ਦੇ ਨਾਲ ਅਗਰ ਗੱਲ ਕਰੀਏ ਖਾਲਿਸਤਾਨ ਦੀ ਤੇ ਸਾਨੂੰ ਸਜ਼ਾ ਕਿਉਂ ਹੋ ਜਾਂਦੀ ਹੈ। ਮੈਂ ਵਕੀਲ ਹਾਂ ਇਸ ਕਰਕੇ ਬੋਲ ਰਿਹਾ, ਮੈਂ ਬੜੇ ਮੁਕੱਦਮੇ ਇੱਥੇ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਦੋਨੋਂ ਫਾਈਲ ਕੀਤੇ ਹੋਏ ਨੇ ਫੈਡਰਲ ਕੋਰਟਾਂ 'ਚ ਅਮਰੀਕਾ ਵਿੱਚ। ਸਾਡੇ ਇੱਥੇ ਵੀ ਅਗਰ ਤੁਸੀਂ ਕਹਿੰਦੇ ਹੋ ਕਿ ਕਿਸੇ ਗਵਰਨਮੈਂਟ ਨੂੰ ਵਾਇਲੈਂਟ ਤਰੀਕੇ ਨਾਲ ਓਵਰਥਰੋ ਕਰਨਾ ਤੇ ਸਾਡੇ ਗੁਰਦੁਆਰਿਆਂ ਤੇ, ਮੈਂ ਤੁਹਾਨੂੰ ਦੱਸ ਰਿਹਾ ਗੁਰਦੁਆਰਿਆਂ ਤੇ ਮਸਜਿਦਾਂ ਤੇ ਮੰਦਿਰਾਂ ਤੇ ਲਾਈਵ 24 CCTV ਲੱਗੇ ਨੇ ਜੇ FBI ਵਾਚ ਕਰਦੀ ਹੈ। ਤੇ ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੇ ਮਰਜ਼ੀ ਮਤਲਬ ਕਰ ਸਕੋ, ਡੈਮੋਕ੍ਰੇਸੀ ਦਾ ਮਤਲਬ ਇਹ ਕਿ ਸਾਡੀ ਇਲੈਕਸ਼ਨਰਿੰਗ ਪ੍ਰੋਸੈਸ ਦੇ ਨਾਲ ਇੱਕ ਗਵਰਨਮੈਂਟ ਆਉਂਦੀ ਜਾਂਦੀ ਹੈ। ਦੇਖੋ 20 ਸਾਲਾਂ ਪਿੱਛੇ ਇੱਥੇ ਬੁਸ਼ ਵਰਸਿਸ ਗੋਰ ਦਾ ਮੁਕੱਦਮਾ ਹੋਇਆ ਸੀ ਕਿ ਇਲੈਕਸ਼ਨ ਹੀ ਚੈਲੇਂਜ ਹੋਇਆ ਸੀ। ਅੱਜ ਪਿਛਲੇ 25-30 ਸਾਲਾਂ ਵਿੱਚ ਇੰਡੀਆ 'ਚ ਕੋਈ ਮੁਕੱਦਮਾ ਨਹੀਂ ਹੋਇਆ ਕਾਂਗਰਸ ਵਰਸਿਸ BJP ਦਾ, ਜਿੱਥੇ ਕਿ ਸਾਡੇ ਇਲੈਕਸ਼ਨ ਪ੍ਰੋਸੈਸ ਨੂੰ ਚੈਲੇਂਜ ਕੀਤਾ ਗਿਆ। ਏਡੀ ਵੱਡੀ ਡੈਮੋਕ੍ਰੇਸੀ ਜਿੱਥੇ ਤੁਸੀਂ ਬੈਠੇ ਹੋ ਅਮਰੀਕਾ 'ਚ, ਉੱਥੇ ਮੁਕੱਦਮੇ ਚੈਲੇਂਜ ਹੋ ਰਹੇ ਨੇ, ਉੱਥੇ ਗੁਆਂਟਾਨਾਮਾ ਬੇ ਚੈਲੇਂਜ ਹੋ ਰਹੇ ਨੇ, ਪਰ ਇੰਡੀਆ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਥੋੜਾ ਜਿਹਾ ਗੰਭੀਰਤਾ ਨਾਲ ਦੇਖੋ ਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਇੱਕ ਸੂਬਾ ਹੈ 26-27 ਸੂਬਿਆਂ ਵਿੱਚ। ਅਸੀਂ ਅਗਰ ਹਿੰਦੁਸਤਾਨ ਦੀ ਗੱਲ ਕਰਨੀ ਹੈ ਤੇ ਸਾਰੇ ਹਿੰਦੁਸਤਾਨ ਦੀ ਕਰਨੀ ਕਿ ਕੇਰਲਾ ਨੂੰ ਕੀ ਮਿਲਿਆ, ਕਸ਼ਮੀਰ ਨੂੰ ਕੀ ਮਿਲਿਆ, ਪੰਜਾਬ ਨੂੰ ਕੀ ਮਿਲਿਆ? ਸੰਜੇ ਜੀ, ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਹੋਇਆ ਔਰ ਕੁਝ ਨਹੀਂ ਹੋ ਰਿਹਾ? ਨਹੀਂ, ਇਹ ਤੇ ਪੰਜਾਬੀਆਂ ਦੇ, ਤੁਸੀਂ ਜਿਹੜੀ ਸਰਕਾਰ ਚੁਣੋਗੇ ਜਿੱਦਾਂ ਦਾ ਮਿੱਠਾ ਪਾਓਗੇ, ਗੁੜ ਦਾ ਜਾਂ ਸ਼ੱਕਰ ਦਾ, ਉਸ ਤਰ੍ਹਾਂ ਦੀ ਚੀਨੀ ਮਿਲੇਗੀ ਤੁਹਾਨੂੰ। ਤੁਸੀਂ ਆਪ ਦੇਖੋ। ਵਕੀਲ ਸਾਹਿਬ, ਮੈਂ ਇੱਕ ਸਵਾਲ ਪੁੱਛ ਲੈਣਾ ਤੁਹਾਡੇ ਤੋਂ ਜੀ। 121 ਇੰਡੀਅਨ ਪੀਨਲ ਕੋਡ ਕਿਹਦੇ ਉੱਤੇ ਲਾਈ ਜਾਂਦੀ ਹੈ? ਮੈਂ ਤਾਂ ਤੁਹਾਨੂੰ, ਤੁਸੀਂ ਦੱਸਿਆ ਅੱਜ ਕਿ ਜੇ ਵੀ ਗੱਲ ਕਰਦਾ ਹੈ, ਦੇਖੋ ਅੱਜ ਵੀ ਇੰਡੀਆ ਵਿੱਚ ਜੇ ਕੁਛ ਵੀ ਹੋਇਆ, ਚਾਹੇ ਉਹ ਦਰਬਾਰ ਸਾਹਿਬ ਤੇ ਹਮਲਾ ਹੋਇਆ, ਚਾਹੇ ਬਾਬਰੀ ਮਸਜਿਦ ਦੇ, ਮੈਂ ਦੋਨੋਂ ਨੂੰ ਕੰਡਮ ਕਰਨਾ, ਪਰ ਤੁਸੀਂ ਇਹ ਵੀ ਦੇਖਣਾ ਕਿ ਸਤਵੰਤ ਸਿੰਘ, ਬੇਅੰਤ ਸਿੰਘ ਕੌਣ ਸੀ ਇੰਦਰਾ ਗਾਂਧੀ ਦੇ? ਉਹ ਦੋਨੋਂ ਬਾਡੀ ਗਾਰਡ ਸਨ। ਰਹਿਜਨੀ ਜਬ ਰਹਿਬਰ ਹੋ ਜਾਏਗਾ ਤਾਂ ਫਿਰ ਕਿਆ ਹੋਗਾ? ਮੈਂ ਤੁਹਾਨੂੰ ਇਹ ਦੇਖ ਰਿਹਾ ਕਿ ਇਹ ਇੱਕ ਮੁੱਦੇ ਨੂੰ ਇੱਕ ਇਸ਼ੂ
ਫਿਲਹਾਲ ਮੇਰੇ ਹੋਰ ਵੀ ਬੜੇ ਸਾਰੇ ਕਾਲਰਸ ਨੇ ਵੀ ਵਿਚਾਰ ਮੈਂ ਲੈਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਨਾ ਕੱਟੋ ਪਲੀਜ਼, ਪੂਰੀ ਗੱਲ ਸੁਣ ਲਓ। ਪਹਿਲੀ ਗੱਲ ਤਾਂ ਜਿਹੜੇ ਆਰ ਪੀ ਸਿੰਘ ਆਏ ਆ, ਜਿਹੜੇ ਗੈਸ ਕਹਿੰਦੇ ਸੀ ਦਿੱਤੇ ਆ, ਉਹ ਗੈਸ ਨਹੀਂ ਦਿੱਤੇ ਹੈ। ਕੋਈ ਕਹਿ ਦੇ ਸਾਡੇ ਏਰੀਏ ਕਿਸੇ ਨੂੰ ਗੈਸ ਨਹੀਂ ਦਿੱਤਾ। ਦੂਸਰੀ ਗੱਲ ਰਹਿ ਗਈ ਮੋਦੀ ਜੀ ਦੇ 5 ਸਾਲ ਦੇ ਵਿੱਚ ਨੰਬਰ ਇੱਕ 150 ਮਾਰਿਆ ਯੂਪੀ ਦੇ ਵਿੱਚ ਕਿਸੇ ਨੇ, ਮੋਦੀ ਨੇ ਇਸ ਗੱਲ ਦਾ ਦੇਖਿਆ। ਉਸ ਤੋਂ ਬਾਅਦ GST ਲੱਗੀ ਆ ਔਰ ਨੋਟਬੰਦੀ ਕੀਤੀ ਆ, 150 ਬੰਦਾ ਲਾਈਨਾਂ 'ਚ ਖੜ ਕੇ ਮਰ ਗਿਆ ਆ, ਮੋਦੀ ਨੇ ਉਹਨਾਂ ਨੂੰ ਕੁਛ ਦਿੱਤਾ। ਉਸ ਤੋਂ ਬਾਅਦ ਬਾਰਡਰਾਂ ਤੇ 250 ਬੰਦਾ ਪੰਜਾਬ ਦਾ ਸਾਡਾ ਸ਼ਹੀਦ ਹੋ ਗਿਆ, 300 ਬੰਦਾ ਉੱਥੇ ਉਹਨਾਂ ਨੇ ਖੁਦਕੁਸ਼ੀ ਕੀਤੀ ਆ, ਉਹਨਾਂ ਬਾਰੇ ਕੋਈ ਜਾਣਕਾਰੀ ਲਈ ਆ। ਉਸ ਤੋਂ ਇਲਾਵਾ ਮੋਦੀ ਜੀ ਦੇ ਹੁੰਦਿਆਂ ਜਿਹਨਾਂ ਬੰਦੇ ਵਿਚਾਰੇ ਆਪਣੇ ਕੋਈ ਘਰ ਗਊਆਂ ਨੂੰ ਲੈ ਕੇ ਜਾਂਦੇ ਸੀ ਰੋਟੀ, ਉਹਨਾਂ ਨੂੰ ਮੰਡੀ ਦੇ ਤੌਰ ਤੇ ਜਿਹੜਾ ਘਰ ਦਾ ਦੁੱਧ ਵੇਚਣਾ ਪਾਉਣਾ, ਦੁੱਧ ਖਰੀਦਣਾ ਤੇ ਵੇਚਣਾ, ਉਹਦੇ ਵਿੱਚ 3 ਦਰਜਣ ਮੁਸਲਮਾਨ ਮਾਰ ਦਿੱਤੇ ਆ, ਜਿਹੜੇ ਜਿਹੜੇ ਪੱਕਾਂ ਦੇ ਵਿੱਚ ਆਪਣੀਆਂ ਗਾਈਆਂ ਲਈ ਜਾਂਦੇ ਸੀ, ਮੋਦੀ ਨੇ ਇਹਦੇ ਬਾਰੇ ਕੁਛ ਕੀਤਾ, 3 ਦਰਜਣ ਬੰਦੇ ਮਰੇ ਆ। ਉਸ ਤੋਂ ਬਾਅਦ ਅਗਲਾ ਮੀਟ ਘਰ ਖਾਣ ਲਈ ਨੀ ਜਾਂਦਾ ਆ, ਫਰਿੱਜ ਵਿੱਚ ਮੀਟ ਪਿਆ ਆ, ਇਹ ਕਹਿੰਦੇ ਜੀ ਗਾਂ ਦਾ ਮੀਟ ਆ, ਉਹ ਬੰਦੇ ਕੁੱਟ ਕੁੱਟ ਮਾਰਦੇ ਆ ਫੌਜੀ। ਉਸ ਤੋਂ ਬਾਅਦ ਜਿਹੜੇ ਫੌਜੀ ਰਿਟਾਇਰ ਹੋ ਕੇ ਆਏ ਆ, ਉਹਨਾਂ ਦੇ ਫੈਮਲੀਆਂ ਨੂੰ ਬੁਰਾ ਹਾਲ ਕੀਤਾ। ਪੰਜਾਬ ਵਿੱਚ ਕਈ ਵਾਰੀ ਹੋਰ ਵੀ ਦੂਰ ਦੁਰਾਡੇ ਦੇਸ਼ਾਂ ਸਟੇਟਾਂ ਦੇ ਵਿੱਚ ਪੁਲਿਸ ਨੀ ਸੁਣਦੀ ਉਹਨਾਂ ਦੀ, ਉਹ ਵਿਚਾਰੇ ਫੌਜੀ ਜਿਹੜੇ ਆ ਉਹਨਾਂ ਦੇ ਕੇਸ ਹੋ ਜਾਂਦਾ ਕੋਈ 100 ਚੱਕਰ ਬੰਦਾ, ਕਦੀ ਵੀ ਮੋਦੀ ਜੀ ਨੇ ਇਹ ਕੰਮ ਨੂੰ ਦੇਖਿਆ। ਉਸ ਤੋਂ ਬਾਅਦ BJP ਵਾਲਿਆਂ ਨੇ ਆਪਣੇ ਢਿੱਡ ਭਰੇ ਆ, ਜਿਹੜਾ ਗਰੀਬ ਸੀਗੇ ਉਹ ਅਮੀਰ ਬਣ ਗਏ ਆ, ਕਰੋੜਾਂ ਰੁਪਈਆਂ ਦੇ ਮਾਲਕ ਬਣ ਗਏ, ਜਿਹਨਾਂ ਨੇ ਬਜਾਜੀ ਦੀਆਂ ਦੁਕਾਨਾਂ ਸੀ ਅੱਜ ਕਰੋੜਾਂ ਰੁਪਏ ਦੇ ਮਾਲਕ ਬਣੇ ਬੈਠੇ ਆ, ਇਸ ਗੱਲ ਦਾ ਮੋਦੀ ਜੀ ਨੂੰ ਚੇਤਾ ਭੁੱਲ ਗਿਆ। ਉਸ ਤੋਂ ਇਲਾਵਾ ਜਦੋਂ ਦੀ ਨੋਟਬੰਦੀ ਕੀਤੀ ਆ, ਐਸਾ ਲੱਕ ਟੁੱਟਿਆ ਆ ਸਾਰੇ ਵਪਾਰੀਆਂ ਦਾ ਪੂਰੇ ਭਾਰਤ ਵਿੱਚ, ਇਹਨਾਂ ਨੇ ਕੇਅਰ ਨਹੀਂ ਕੀਤੀ ਕਿਸੇ ਗੱਲ ਦੀ, ਇਹਨਾਂ ਦਾ ਕੋਈ ਤਾਂ ਧਿਆਨ ਦਿਓ। ਔਰ ਉਸ ਤੋਂ ਬਾਅਦ ਅਮਿਤ ਸ਼ਾਹ ਨੇ ਆਪਣੇ ਆਪ, ਇਹਨਾਂ ਨੂੰ ਪਤਾ ਆ ਸਾਰਾ, ਜਿਹੜਾ ਜੱਜ ਮਾਰ ਦਿੱਤਾ ਉਹ ਜੱਜ ਕਦੇ ਮਾਰਿਆ, ਫਿਰ ਜਿਹੜੇ CBI ਵਾਲੇ ਆ ਉਹਨਾਂ ਨੂੰ ਕਿਉਂ ਰਾਤਾਂ ਨੂੰ ਛੁੱਟੀ ਕਰ ਦਿੱਤੀ, ਘਰਾਂ ਨੂੰ ਜਬਰੀ ਤੋੜ ਦਿੱਤਾ, ਅਗਾਂਹ ਫਿਰ ਚੇਂਜ ਕਰਤੇ। ਅੱਜ ਦੇ ਟਾਈਮ ਦਾ ਤੇ ਜਿੰਨਾ 5 ਸਾਲਾਂ 'ਚ ਮੋਦੀ ਦੇ ਹੁੰਦਿਆਂ ਨਿਗਾਰ ਆਇਆ ਸਾਡੇ ਇੰਡੀਆ ਵਿੱਚ, ਇਹਨਾਂ ਨੇ ਮੂਰਤੀ ਦੀ ਬਣਾ ਕੇ ਪੈਸਾ। ਮੈਂ ਸਮਝ ਗਿਆ ਤੁਹਾਡੀ ਗੱਲ ਨੂੰ, ਮੈਨੂੰ ਤੁਹਾਡਾ ਫੋਨ ਕੱਟਣਾ ਪੈਣਾ ਕਿਉਂਕਿ ਮੈਨੂੰ ਇੱਥੇ ਸਮਾਂ ਜਿਹੜਾ ਉਹ ਬ੍ਰੇਕ ਲਈ ਇਜਾਜ਼ਤ ਦੇ ਰਿਹਾ। ਮੈਂ ਆਵਾਂਗਾ ਔਰ ਲਵਾਂਗਾ ਤੁਹਾਡੀ ਕਾਲਸ ਬ੍ਰੇਕ ਤੋਂ ਬਾਅਦ। ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ, ਲੈਂਦੇ ਆਪਾਂ ਆਪਣੇ ਕਾਲਰਸ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਹਰਕੇਸ਼ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੁੱਦਾ ਬਹੁਤ ਸੋਹਣਾ ਲਿਆਂਦਾ ਜੀ, ਪੱਕ ਜੇ ਤੁਸੀਂ ਕਹਿੰਦੇ ਨਾ। ਹਾਂਜੀ, ਮੈਂ ਚਾਹਾਂਗਾ ਤੁਸੀਂ ਟੀਵੀ ਸੈੱਟ ਦੀ ਆਪਣੀ ਮੈਂ ਹੌਲੀ ਕਰਦਾ, ਇੱਕ ਮਿੰਟ। ਤੁਸੀਂ ਪ੍ਰਾਈਮ ਮਿਨਿਸਟਰ ਦੀ ਗੱਲ ਕੀਤੀ ਸੀ ਜੀ ਹਰਕੇਸ਼ ਜੀ, ਜੀ ਜੀ, ਹੋਰ ਹੌਲੀ ਕਰਾਂ? ਠੀਕ ਆ ਜੀ, ਕੱਟ ਕਰ ਦਿਓ ਤਾਂ ਕਿ ਤੁਹਾਡੀ ਆਵਾਜ਼ ਮੈਨੂੰ ਪ੍ਰੋਪਰ ਪਹੁੰਚੇ ਜੀ। ਅੱਛਾ, ਜਿਹੜੇ ਪ੍ਰਾਈਮ ਮਿਨਿਸਟਰਾਂ ਦੇ ਵਿੱਚੋਂ ਤਾਂ ਮੈਂ ਤਾਂ ਮਨਮੋਹਨ ਸਿੰਘ ਨੂੰ ਬਹੁਤ ਨਾਈਸ ਪ੍ਰੈਜ਼ੀਡੈਂਟ, ਔਰ ਇਹਦੇ ਵਰਗਾ ਨਾ ਕੋਈ ਮਿਲਣਾ ਗਾਹਾਂ ਨਾ ਕੋਈ ਆਇਆ ਪਿੱਛੇ। ਠੀਕ ਹੈ ਜੀ, ਠੀਕ ਹੈ। ਜਿੰਨਾ ਉਹਨੇ ਪੰਜਾਬ ਨੂੰ ਦਿੱਤਾ, ਇੱਥੇ ਆਪਣੇ ਬਾਦਲ ਹੋਣੀ ਆ ਕੇ ਸ਼ੰਭੂ ਬਾਰਡਰ ਤੇ ਆ ਕੇ ਮਤਰੇਈ ਵਾਲਾ ਉਹਨਾਂ ਸਲੂਕ ਦੱਸਦਾ ਹੁੰਦਾ ਸੀ ਜੀ ਜੀ ਜੀ। ਬਾਕੀ ਹੁਣ ਇੱਕ ਲੰਘ ਹੈ, ਕੋਈ ਪ੍ਰਾਈਮ ਮਿਨਿਸਟਰ ਆਵੇ ਆਪਣੇ ਹਰਕੀਰ ਜੀ, ਤੇ ਸਾਡੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਚਾਹੀਦਾ। ਠੀਕ ਹੈ, ਆਰਪੀ ਸਿੰਘ ਜੀ ਕਹਿ ਗਏ ਸੀਗੇ ਕਿ ਲਾਂਘਾ ਖੁੱਲੇਗਾ, ਵੇਟ ਉਹਦੀ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ, ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦਾ ਵੀ ਆਪਾਂ ਉਹਨਾਂ ਦੇ ਵੀ ਵਿਚਾਰ ਆਪਾਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬਾਠਮ ਹੁੰਦਾ ਜੀ, ਭੁਪਿੰਦਰ ਬਾਠ ਮਿਸ਼ੀਗਨ ਤੋਂ। ਮੈਂ ਤੁਹਾਨੂੰ ਬੜੀ ਬਰੀਫਲੀ ਗੱਲ ਕਰਾਂਗਾ, ਜਿੱਦਾਂ ਤੁਸੀਂ ਕਹਿੰਦੇ ਪ੍ਰਾਈਮ ਮਿਨਿਸਟਰ ਭਾਜੀ ਤੁਸੀਂ ਜਾਓਗੇ ਨਾ, ਜੇ ਨਿਊਯਾਰਕ ਜਾਂ ਵਾਸ਼ਿੰਗਟਨ DC ਉੱਥੋਂ ਦੇ ਜਿਹੜੀ ਪ੍ਰੈਸ ਦੇ ਗਲਿਆਰੇ ਆ ਨਾ, ਉੱਥੇ ਉਹ ਮੰਨਦੇ ਪਏ ਵੀ ਅਗਲਾ ਇਹ ਦੀ ਬੈਸਟ ਇਜ਼ ਦੀ ਯੰਗੈਸਟ ਵਨ ਫਰੋਮ ਕਾਂਗਰਸ, ਹੀ ਵਾਸ ਦੀ ਮਿਸਟਰ ਰਾਹੁਲ ਗਾਂਧੀ, ਉਹ ਇਹਨੂੰ ਮੰਨੀ ਫਿਰਦੇ ਨੇ। ਮੋਦੀ ਦਾ ਪੱਤਾ ਕੱਟਿਆ ਗਿਆ ਵਾ ਬਿਲਕੁਲ ਹੀ। ਮੈਂ ਤੁਹਾਨੂੰ ਦੱਸਦਾ ਵਾਂ, ਜਿਹੜਾ ਆਪਣਾ ਮਨਮੋਹਨ ਸਿੰਘ ਆ, ਇਸ ਨੂੰ ਜੇਕਰ ਬਣਾ ਦਿੱਤਾ ਜਾਵੇ ਨਾ ਪ੍ਰੈਜ਼ੀਡੈਂਟ, ਜਿੱਦਾਂ ਉਹਨੂੰ ਅਬਦੁਲ ਕਲਾਮ ਆਜ਼ਾਦ ਨੂੰ ਬਣਾਇਆ ਗਿਆ ਸੀ ਇੱਕ ਐਜ਼ ਏ ਸਾਇੰਟਿਸਟ, ਇਹ ਨਾਲੇ ਤਾਂ ਮੁਲਕ ਦੀ ਇਕਾਨਮੀ ਠੀਕ ਕਰੇਗਾ ਤੇ ਨਾਲੇ ਰਾਹੁਲ ਗਾਂਧੀ ਨੂੰ ਰਨ ਕਰੇਗਾ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਵਾਂ, ਮੇਰੀ ਗੱਲ ਮੈਨੂੰ ਨਿਬੇੜ ਲੈਂਦੇ ਬਾਅਦ ਚ, ਮੈਨੂੰ ਸਿਰਫ ਥੋੜਾ ਟਾਈਮ ਚਾਹੀਦਾ, ਜਸਟ 30 ਸੈਕਿੰਡ। ਇਹ ਜਦੋਂ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਬਣਿਆ, ਜਦੋਂ ਉਹਨੇ ਉਹ ਗੱਲ ਕੀਤੀ ਉਹਦੀ, ਉਹਦਾ ਨਾਂ ਕੀ ਆ ਉਹਦੀ ਲਾਂਘੇ ਦੀ, ਉਦੋਂ ਹਾਲਾਤ ਬੜੇ ਮਾੜੇ ਸੀ। ਉਦੋਂ ਇਹ ਕਹਿੰਦਾ ਸੀ ਮੈਂ ਬਾਹਰ ਨਹੀਂ ਜਾਣਾ, ਉਦੋਂ ਮੈਂ ਇਹਨੂੰ ਐਡਵਾਈਸ ਕੀਤਾ, ਇੱਥੋਂ ਦੀ ਅੰਬੈਸੀ ਤੋਂ ਕਨਫਰਮ ਕਰਾਇਆ ਜਾ ਸਕਦਾ US ਮੇਰਾ ਨਾਂ ਲੈ ਕੇ, ਵੀ ਤੁਸੀਂ ਬਾਹਰ ਜਾਓ ਸਾਊਦੀ ਅਰੇਬੀਆ ਤੇ ਅਮਰੀਕਾ ਵੀ, ਉੱਥੋਂ ਤੁਸੀਂ ਲਓ ਲੋਨ। ਇਹ ਇਸ ਇਹ ਦੇਖੋ, ਇਹ ਤੋਂ ਅਗਲੇ 2 ਹਫ਼ਤਿਆਂ 'ਚ
ਤੈਨੂੰ ਅਸੀਂ ਅਮਰੀਕਾ ਵੀ ਲਿਆ ਰਹੇ ਹਾਂ। ਮਤਲਬ ਹੁਣ ਮੈਂ ਲਾਸਟ ਗੱਲ ਕਰਾਂਗਾ, ਉਦੋਂ ਜਦੋਂ ਇਹਨੇ ਪ੍ਰਾਈਮ ਮਿਨਿਸਟਰ ਆਪਣਾ ਕੀ ਆ ਹਜੇ ਹਿਲੇਰੀ ਕਲਿੰਟਨ ਦਾ, ਡੈਮੋਕਰੇਟਾਂ ਨੇ ਹਜੇ ਹਿਲੇਰੀ ਦਾ ਅਨਾਊਂਸ ਨਹੀਂ ਕੀਤਾ ਸੀ, ਉਹਨਾਂ ਨੂੰ ਪਤਾ ਨਹੀਂ ਸੀ ਸਾਡਾ ਕੌਣ ਆ ਕੈਂਡੀਡੇਟ। ਉਦੋਂ ਅਸੀਂ ਸਿੱਖਾਂ ਵੱਲੋਂ ਮੈਂ ਹੀ ਇੱਥੋਂ ਦੇ ਮੀਡੀਆ ਨੂੰ ਕਿਹਾ ਵੀ ਤੁਸੀਂ ਫਟਾਫਟ, ਅਸੀਂ ਸਿੱਖ ਕੌਮ ਹਿਲੇਰੀ ਨੂੰ ਮੰਨਦੀ ਆ। ਤੇ ਉਦੋਂ ਇਹਨਾਂ ਨੂੰ ਫਿਰ ਜਦੋਂ ਇਹਨਾਂ ਨੇ ਫਿਰ ਜ਼ੋਰ ਪਾਇਆ ਤੇ ਇਹਨਾਂ ਨੂੰ ਹਫ਼ਤੇ ਬਾਅਦ ਹੀ ਡੈਮੋਕਰੇਟਾਂ ਨੂੰ ਵੀ ਇਹ ਅਨਾਊਂਸ ਕਰਨਾ ਪਿਆ। ਹੁਣ ਇਹ ਤੁਹਾਡੇ ਬੰਦੇ ਕਹਿ ਰਹੇ ਸੀ ਜਿਹੜੇ ਬੀਜੇਪੀ ਦੇ ਸੀ, ਖਾਲਿਸਤਾਨ ਦੀ ਗੱਲ ਕਰਦੇ ਆ ਵੀ ਤੁਸੀਂ, ਮੈਂ ਇੱਥੇ ਆ ਕੇ ਬੈਠਾਂਗਾ ਖਾਲਿਸਤਾਨ ਦੀ ਗੱਲ ਕਰਾਂਗਾ ਤੇ ਖਾਲਿਸਤਾਨ ਦਾ ਪਰਸੈਪਸ਼ਨ ਕੀ ਪੁੱਛਦੇ ਆ। ਮੈਂ ਮੈਨੂੰ ਵੀ ਸੱਦਿਓ ਉਸ ਦਿਨ ਤੁਹਾਡੇ ਇੱਥੇ, ਮੈਂ ਇਹਨੂੰ ਦੱਸੂਗਾ ਪਰਸੈਪਸ਼ਨ ਕੀ ਆ। ਉਧਰੋਂ ਤੋਂ ਇਹ ਅੰਬੈਸਡਰ ਆਵੇਗਾ ਯੂਨਾਈਟਿਡ ਉੱਥੋਂ ਦਾ, ਇਹਨਾਂ ਦੇ ਇੰਡੀਅਨ ਅੰਬੈਸੀ ਦਾ ਤੇ ਇੱਕ UNO ਦਾ ਮੈਂਬਰ ਆਵੇਗਾ, ਇਹਨੂੰ ਮੈਂ ਦੱਸਾਂਗਾ। ਸਾਡੇ ਨਾਲ ਫਿਰ ਉੱਥੇ ਇੱਥੇ ਟੀਟੀ ਬਹਿ ਕੇ ਕਰੇ ਤੇ ਇਹ ਖਾਲਿਸਤਾਨ ਦੀ, ਮੈਨੂੰ ਪਤਾ ਸਿੱਖਾਂ ਨੂੰ ਵੀ, ਇਹਨਾਂ ਨੂੰ ਪਤਾ ਲੱਗੋ ਸਿੱਖਾਂ ਚ ਵੀ ਭੁਪਿੰਦਰ ਸਿੰਘ ਬਾਟ ਐਡਵਾਈਜ਼ਰ ਇੱਕ ਬ੍ਰੇਨ ਹੈਗਾ ਵਾ, ਮੈਂ ਇਹਨਾਂ ਨੂੰ ਦੱਸੂ ਕਿੱਦਾਂ ਚਲਾਉਣੀ। ਠੀਕ ਹੈ ਬਾਟ ਸਾਹਿਬ, ਆਪਾਂ ਜ਼ਰੂਰ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ ਜਦੋਂ ਇਹਨਾਂ ਨੂੰ ਆਪਾਂ ਸਟੂਡੀਓ ਸੱਦਾਂਗੇ। ਹੋਰ ਵੀ ਕਾਲਰ ਸੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਬਹਾਦਰ ਸਿੰਘ ਸਿਆਟਲ ਤੋਂ ਜੀ। ਬਹਾਦਰ ਸਿੰਘ ਜੀ ਵੈਲਕਮ, ਕੀ ਕਹਿਣਾ ਚਾਹੋਗੇ? ਹਾਂ, ਜਦੋਂ ਦਾ ਆਰਪੀ ਸਿੰਘ ਨੂੰ ਕੇਜਰੀਵਾਲ ਨੇ ਕਾਹ ਨਾ ਪਾਇਆ, ਉਸ ਤੋਂ ਬਾਅਦ ਇਹ ਆਰਐਸਐਸ ਦਾ ਚਮਚਾ ਬਣਿਆ, ਉਸ ਤੋਂ ਬਾਅਦ ਇਸ ਨੇ ਕੀ ਕਹਿੰਦੇ ਨੇ ਉਹਨਾਂ ਦਾ ਸਪੋਕਸਮੈਨ ਬਣਨ ਦੀ ਕੋਸ਼ਿਸ਼ ਕੀਤੀ, ਪਰ ਫੱਤਾ ਸਰਦਾਰ ਸਿੱਖੀ ਨੂੰ ਬਿਲਕੁਲ ਟੋਟਲੀ ਭੁੱਲ ਚੁੱਕਿਆ ਹੈ, ਔਰ ਇਸਨੇ ਉਸ ਦਿਨ ਤੋਂ ਸਿੱਖੀ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਬੰਦ ਕਰ ਦਿੱਤੀਆਂ। ਠੀਕ ਹੈ, ਤੇ ਸਿਰਫ ਚਮਚਾਗਿਰੀ ਹੀ ਕਰਨ ਦੀ ਇੱਛਾ ਰੱਖਦਾ ਹੈ। ਠੀਕ ਹੈ, ਠੀਕ ਹੈ ਬਹਾਦਰ ਸਿੰਘ ਜੀ, ਮਿਹਰਬਾਨੀ ਤੋਂ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਪ੍ਰਗਟ ਕੀਤੇ। ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਜਿਨ੍ਹਾਂ ਦੀ ਮੈਂ ਕਾਲਸ ਨਹੀਂ ਚੱਕ ਪਾਇਆ ਮੈਂ ਤੁਹਾਡੇ ਤੋਂ ਮਾਫੀ ਮੰਗਦਾ, ਲੇਕਿਨ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkirat@justbroadcasting.com, info@justbroadcasting.com ਦੇ ਉੱਤੇ। ਮੈਂ ਤੁਹਾਡੇ ਵਿਚਾਰ ਉੱਥੇ ਜ਼ਰੂਰ ਪੜਾਂਗਾ ਔਰ ਤੁਹਾਨੂੰ ਰਿਪਲਾਈ ਬੈਕ ਵੀ ਅਸੀਂ ਕਰਾਂਗੇ, ਲੇਕਿਨ ਅੱਜ ਦੇ ਮੁੱਦੇ ਦੇ ਵਿੱਚ ਫਿਲਹਾਲ ਮੈਨੂੰ ਹਰਕੀਰਤ ਸਿੰਘ ਆਹਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ।